ਸਸ਼ੀਗਾਲ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਹੋਰ ਸਭ ਠੀਕ ਠਾਕ ਹੋ ਹਾਂਜੀ ਸਸ਼ੀਗਾਲ ਜੀ ਰਾਜੇ ਸਸ਼ੀਗਾਲ ਸਾਰਿਆਂ ਨੂੰ ਸਾਰਿਆਂ ਨੂੰ ਗੁੱਡ ਇਵਨਿੰਗ ਤੇ ਸਾਰਿਆਂ ਨੂੰ ਅੱਜ ਕੀ ਹੈ ਜੀ ਹੈਪੀ ਜਨਮਾਸ਼ਟਮੀ ਹੈਨਾ ਸਾਰਿਆਂ ਨੂੰ ਜਨਮਾਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਓਕੇ ਓਕੇ ਆ ਗਿਆ ਜੀ ਵਿਰਾਟਦੀਪ ਕਹਿ ਰਹੇ ਨੇ ਅਸੀਂ ਆਜੋ ਸਰ ਅਸੀਂ ਵੇਟ ਕਰ ਰਹੇ ਹਾਂ ਬਿਲਕੁਲ ਪਹੁੰਚ ਗਏ ਜੀ ਵੇਟ ਨਾ ਕਰੋ ਬਸ ਵੇਟ ਤੁਹਾਡਾ ਖਤਮ ਹੋ ਗਿਆ 2 ਮਿੰਟ ਹੀ ਵੇਟ ਕਰਵਾਇਆ ਹੈ ਅੱਜ ਕਿਉਂਕਿ ਸਰ ਨੇ ਥੋੜਾ ਜਿਹਾ ਕਲਾਸ ਲੇਟ ਛੱਡੀ ਆ ਉਸ ਕਰਕੇ ਹਨਾ ਹਾਂਜੀ ਰਾਜੇ ਸਾਰਿਆਂ ਨੂੰ ਸ਼ਸ਼ੀਗਾਲ ਹੈ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਹੈ ਪਿਆਰ ਭਰੀ ਸ਼ਸ਼ੀਗਾਲ ਹੈ ਹਾਂਜੀ ਫਟਾਫਟ ਰਾਜੇ ਜਿੰਨੇ ਵੀ ਜਣੇ ਆ ਕਲਾਸ ਨੂੰ ਕੀ ਕਰ ਦੋ ਸ਼ੇਅਰ ਕਰ ਦੋ ਫਟਾਫਟ ਕੀ ਕਰ ਦੋ ਕਲਾਸ ਨੂੰ ਸ਼ੇਅਰ ਕਰ ਦੋ ਤਾਂ ਕਿ ਜੋ ਵੀ ਰੋਟੀ ਪਾਣੀ ਖਾ ਕੇ ਆਪਾਂ ਸਾਰੇ ਵੇਲੇ ਹੋ ਚੁੱਕੇ ਕਿਉਂਕਿ ਰਾਤ ਦੇ ਵੱਜ ਚੁੱਕੇ ਨੇ 10 ਤੇ 10 ਤੋਂ 11 ਕਰਾਂਗੇ ਪੜਾਈ ਉਸ ਤੋਂ ਬਾਅਦ ਵਧੀਆ ਸਿੱਖ ਕੇ ਵਧੀਆ ਰੀਜਨਿੰਗ ਦੀ ਰੀਜਨਿੰਗ ਨਾਲ ਆਪਦੇ ਮਾਈਂਡ ਨੂੰ ਫਰੈਸ਼ ਕਰਕੇ ਫਿਰ ਆਪਾਂ ਕੀ ਕਰਾਂਗੇ ਸੋ ਜਾਾਂਗੇ ਆਰਾਮ ਨਾਲ ਹਨਾ ਹਾਂਜੀ 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 ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਹਨਾ ਫਟਾਫਟ ਫਟਾਫਟ ਇੱਕ ਵਾਰ ਸ਼ੇਅਰ ਕਰ ਦਿਓ ਰੋਟੀ ਪਾਣੀ ਖਾ ਕੇ ਜਿਵੇਂ ਚਾਰਜ ਹੋਏ ਹੋਏ ਹੋ ਤੁਸੀਂ ਜਿਵੇਂ ਇੱਕਦਮ ਓਕੇ ਆ ਗਏ ਹੋ ਹਨਾ ਓਕੇ ਚੰਦਰਪਾਲ ਸਿੰਘ ਕਹਿ ਰਹੇ ਨੇ ਪ੍ਰেজੈਂਟ ਸਰ ਚਲੋ ਠੀਕ ਹੈ ਤਾਂ ਇੱਕ ਵਾਰ ਆਗੇ ਸਾਰੇ ਜਣੇ ਸਾਰੇ ਜਣੇ ਅਗਰ ਮੇਰੀ ਵੋਇਸ ਕਲੀਅਰ ਆ ਰਹੀ ਹੈ ਮੈਂ ਤੁਹਾਨੂੰ ਵਿਜੀਬਲ ਆ ਤਾਂ ਇੱਕ ਵਾਰ ਸਾਰੇ ਜਣੇ ਥੰਬ ਪ੍ਰੈਸ ਕਰ ਦੋ ਹਾਂਜੀ ਸਾਰੇ ਜਣੇ ਫਟਾਫਟ ਥੰਬ ਪ੍ਰੈਸ ਕਰ ਦੋ ਤੇ ਫਿਰ ਆਪਾਂ ਕਰਦੇ ਆ ਕਲਾਸ ਨੂੰ ਸਟਾਰਟ ਗੁੱਡ ਇਵਨਿੰਗ ਗੁੱਡ ਇਵਨਿੰਗ ਸਸ਼ੀ ਗਾਲਾ ਸਾਰਿਆਂ ਨੂੰ ਫਟਾਫਟ ਥੰਬ ਪ੍ਰੈਸ ਕਰ ਦੋ ਅਗਰ ਮੇਰਾ ਵਿਜੀਬਲ ਹੈ ਆਉਡੀਓ ਵੀਡੀਓ ਸਭ ਓਕੇ ਹੈ ਤਾਂ ਫਟਾਫਟ ਥੰਬ ਪ੍ਰੈਸ ਕਰ ਦੋ ਤੇ ਕਰੀਏ ਕਲਾਸ ਨੂੰ ਸਟਾਰਟ ਲਓ ਜੀ ਗੁਰਵਿੰਦਰ ਕਹਿ ਰਿਹਾ ਜੀ ਮਿਲਕ ਪੀ ਕੇ ਫੁੱਲ ਚਾਰਜ ਹੋ ਗਏ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਗੱਲ ਹੈ ਹਾਂਜੀ ਚਲੋ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਹੈ ਜੀ ਕੀ ਕੁਛ ਹੈ ਦੇਖੋ ਪੰਜਾਬ ਅੱਡਾ 247 ਦਾ ਜੋ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਸ਼ੇਅਰ ਕਰ ਦਿਓ ਜਿੰਨਾ ਹੋ ਸਕਦਾ ਠੀਕ ਹੈ ਜੀ ਕਿਉਂਕਿ ਇਹ ਚੈਨਲ ਤੁਹਾਡੇ ਲਈ ਦਿਨ ਰਾਤ ਕੰਮ ਕਰ ਰਿਹਾ ਤਾਂ ਤੁਹਾਨੂੰ ਵੀ ਇਸਦਾ ਸਿਰਫ ਔਰ ਸਿਰਫ ਕੀ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਔਰ ਬੈਲ ਆਈਕਨ ਦਬਾਣਾ ਹੈ ਓਕੇ ਜੀ ਤਾਂ ਸਾਰਿਆਂ ਨੂੰ ਜਨਮਾਸ਼ਟਮੀ ਦੀਆਂ ਵਧਾਈਆਂ ਆਪਾਂ ਦੇਈ ਦਿੱਤੀਆਂ ਹਨਾ ਅੱਜ ਕ੍ਰਿਸ਼ਨ ਜਨਮਾਸ਼ਟਮੀ ਹੈ हां जी आज की है आज कृष्ण जन्माष्टमी हैगी है ਕਈਆਂ ਦੇ ਵਰਤ ਵੀ ਹੋਣਗੇ ਕਈ ਜਣਿਆਂ ਨੇ ਵਰਤ ਖੋਲੇ ਹੋਣੇ ਜੋ ਵੀ ਹੈ ਐਕਸ ওয়াই জেড ਤਾਂ ਮੈਂ ਰੱਬ ਤੋਂ কৃষ্ণ ਜੀ ਤੋਂ ਲੱਡੂ ਗੋਪਾਲ ਜੀ ਤੋਂ ਇਹ ਪ੍ਰੇਅਰ ਕਰਾਂਗਾ ਕਿ ਸਾਰੇ ਜਣੇ ਜੋ ਇਸ ਟਾਈਮ ਲਾਈਵ ਜੁੜੇ ਹੋਏ ਨੇ ਸਾਰੇ ਦੇ ਸਾਰੇ ਬੱਚੇ ਉਹ ਜਿਹੜੇ ਲਾਈਵ ਨਹੀਂ ਜੁੜ ਪਾਏ ਉਹ ਸਾਰੇ ਦੇ ਸਾਰੇ ਜੋ ਆਪ ਦਾ ਸੁਪਨਾ ਲੈ ਕੇ ਡੇਲੀ ਪੜ੍ਹਦੇ ਨੇ ਡੇਲੀ ਕਿਤਾਬਾਂ ਜਿਹਾ ਆਪ ਦਾ ਦਿਮਾਗ ਲਾਉਂਦੇ ਨੇ ਉਹਨਾਂ ਨੂੰ हिम्मत बख्से ਤੇ ਸਾਰਿਆਂ ਦੇ ਸਾਰੇ ਬੰਦੇ ਕੀ ਕਰਨ ਗੌਰਮੈਂਟ ਜੋਬ ਤੇ ਜਾਣ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਕਰੀਏ ਹੁਣ ਆਪਾਂ ਕਲਾਸ ਦੀ ਸਟਾਰਟ ਹਾਂਜੀ ਇੱਕ ਹੋਰ ਚੀਜ਼ ਸਭ ਤੋਂ ਵੱਡੀ ਗੁੱਡ ਨਿਊਜ਼ ਤਾਂ ਤੁਹਾਡੀ ਰਹੇਗੀ ਹਾਂਜੀ ਸਭ ਤੋਂ ਵੱਡੀ ਗੁੱਡ ਨਿਊਜ਼ ਤਾਂ ਰਹੇਗੀ ਦੇਖੋ ਜਨਮਾਸ਼ਟਮੀ ਦੀ ਕੀ ਚੱਲ ਰਹੀ ਹੈ ਫੈਸਟਿਵ ਸੇਲ ਹੈ ਸਭ ਤੋਂ ਵੱਡੀ ਸੇਲ ਹੈ ਕੀ ਸੇਲ ਹੈ ਜੀ ਆਪਣੇ ਜਿੰਨੇ ਵੀ ਮਹਾਪੈਕ ਹੈ ਹਾਂਜੀ ਜਿੰਨੇ ਵੀ ਮਹਾਪੈਕ ਨੇ ਪੰਜਾਬ ਅੱਡਾ 247 ਦੇ ਜੋ ਮਹਾਪੈਕ ਨੇ ਉਨ੍ਹਾਂ ਦੇ ਉੱਪਰ ਕੀ ਚੱਲ ਰਹੀ ਹੈ ਡਬਲ ਵੈਲਿਡਿਟੀ ਹਾਂਜੀ ਕੀ ਚੱਲ ਰਿਹਾ ਹੈ ਡੀਵੀ ਡਬਲ ਵੈਲਿਡਿਟੀ ਤੇ ਇਹ ਜਿਨੇ ਵੀ ਵੈਲਿਡਿਟੀ ਲੈਣੀ ਹੈ ਡਬਲ ਵੈਲਿਡਿਟੀ ਦਾ ਮਤਲਬ ਹੈ ਕਿ ਜਿਹੜੇ ਕੋਰਸ ਤੁਹਾਨੂੰ ਪਹਿਲਾਂ ਮਿਲ ਰਿਹਾ ਸੀਗਾ 1 ਸਾਲ ਵਾਸਤੇ ਹੁਣ ਉਹੀ ਪੈਕੇਜ ਤੁਹਾਨੂੰ ਮਿਲੂਗਾ 2 ਸਾਲਾਂ ਵਾਸਤੇ ਉਨੇ ਹੀ ਰੁਪਿਆ ਦੇ ਅੰਦਰ ਉਨੇ ਹੀ ਪੈਸਿਆਂ ਦੇ ਅੰਦਰ ਹਨਾ ਤਾਂ ਸਾਰਿਆਂ ਵਾਸਤੇ ਬੈਸਟ ਅਪੋਰਚ्युनिटी ਹੈ ਤੇ ਇਹ ਵਾਲਾ ਜਿਹੜਾ ਆਫਰ ਹੈ ਇਹ ਹੋਣਾ ਹੈਗਾ ਰਾਤ 12 ਵਜੇ ਤੱਕ ਹਾਂਜੀ ਇਹ ਰਾਤ ਨੂੰ ਸਿਰਫ 12 ਵਜੇ ਤੱਕ ਹੈ ਮਤਲਬ ਕ੍ਰਿਸ਼ਨ ਜਨਮਾਸ਼ਟਮੀ ਦਾ ਆਫਰ ਸੀਗਾ ਜਿਨ੍ਹਾਂ ਨੇ ਹਲੇ ਜਿਹੜੇ ਜਿਨ੍ਹਾਂ ਬੰਦਿਆਂ ਨੇ ਨਹੀਂ ਲਿਆ ਉਹ ਫਟਾਫਟ ਫਟਾਫਟ ਇਸ ਨੂੰ ਕਰ ਲੋ ਔਰ ਕੋਡ ਤੁਹਾਨੂੰ ਯਾਦ ਹੈ ਕੋਡ ਹੈਗਾ Y592 ਹਾਂਜੀ ਕੋਡ Y592 ਲਾ ਕੇ ਲੈ ਸਕਦੇ ਹਾਂ ਚਲੋ ਜੀ ਸਭ ਤੋਂ ਪਹਿਲਾਂ ਆਗੇ ਜੀ ਕੋਡਿੰਗ ਡੀਕੋਡਿੰਗ ਗੱਲ ਕੀਤੀ ਸੀ ਆਪਾਂ ਕੱਲ ਕੋਡਿੰਗ ਡੀਕੋਡਿੰਗ ਕੀ ਹੁੰਦਾ ਕਿੰਨੇ ਟਾਈਪ ਦੇ ਕੁਐਸਚਨ ਆਉਂਦੇ ਆ ਤਾਂ ਇੱਕ ਵਾਰ ਦੇਖੋ ਕੋਡਿੰਗ ਡੀਕੋਡਿੰਗ ਦੀ ਗੱਲ ਕਰੀਏ ਹਾਂਜੀ ਤਾ ਇਹਦੇ ਅੰਦਰ ਕੀ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਕੋਡ ਦੇ ਅੰਦਰ ਲਿਖਣਾ ਤਾਂ ਅਲਫਾਬੈਟ ਕੋਡਿੰਗ 1 ਸਿਗਾ ਇਹਦੇ ਅਲਫਾਬੈਟ ਕੋਡਿੰਗ ਨਿਊਮੈਰੀਕਲ ਨੰਬਰ ਕੋਡਿੰਗ 3 ਸਿਗਾ ਸਿੰਬਲ ਕੋਡਿੰਗ ਹਾਂਜੀ ਐਟ ਦਾ ਰੇਟ ਹੈਸ਼ ਜਿਹੜੇ ਸਿੰਬਲ ਆਂਦੇ ਨੇ ਸਟਾਰ ਉਹ ਵਾਲੀ ਕੋਡਿੰਗ ਉਸ ਤੋਂ ਬਾਅਦ ਕੀ ਸੀਗਾ ਮਿਕਸ ਕੋਡਿੰਗ ਜਿੰਦੇ ਤਿੰਨੋਂ ਆਣਗੇ ਚੌਥੀ ਕੀ ਸੀਗੀ ਲਾਈਨ ਕੋਡਿੰਗ ਕੀ ਸੀਗਾ ਲਾਈਨ ਕੋਡਿੰਗ ਜਿੰਦੇ ਅੰਦਰ ਇੱਕ ਲਾਈਨ ਦੇ ਅੰਦਰ ਕਾਫੀ ਸਾਰੇ ਵਰਡ ਦਿੱਤੇ ਹੋਣਗੇ ਔਰ ਉਹਨਾਂ ਨੂੰ ਆਪਾਂ ਕੀ ਕਰਨਾ ਹੈ ਕੋਡ ਕਰਨਾ ਹੈ ਹਾਂਜੀ ਚਲੋ ਜੀ ਲੋ ਜੀ ਪਹਿਲਾ ਕੁਐਸਚਨ ਤੁਹਾਡੇ ਸਕਰੀਨ ਤੇ ਕਈ ਜਣੇ ਕਹਿ ਰਹੇ ਨੇ ਸਰ ਫਟਾਫਟ ਕਰਾਓ ਹੁਣ ਹਾਂ ਨਾ ਹੁਣ ਵੇਟ ਨਹੀਂ ਹੋ ਰਹੀ ਚਲੋ ਦੱਸੋ ਵੀ ਪਹਿਲੇ ਕੁਐਸਚਨ ਦਾ ਕੀ ਆਨਸਰ ਹੋਏਗਾ ਪਹਿਲੇ ਕੁਐਸਚਨ ਦਾ ਕਸ਼ੀਸ਼ अरोड़ा ਕਹਿ ਰਹੇ ਨੇ ਕੀ ਕਹਿ ਰਹੇ ਨੇ ਸਰ ਸੰਡੇ ਮੈਰਾਥਨ ਹੋਏਗੀ ਰੀਜਨਿੰਗ ਦੀ ਰਾਜੇ ਮੈਰਾਥਨ ਨਹੀਂ ਆ ਮੈਂ ਸੰਡੇ ਨੂੰ ਤੁਹਾਨੂੰ ਪੰਜਾਬ ਪੁਲਿਸ ਐਸਆਈ ਜਿਹੜਾ ਸਬ ਇੰਸਪੈਕਟਰ ਦੀ ਪੋਸਟ ਆਈਆਂ ਐ ਐਸਆਈ ਦਾ ਪ੍ਰੀਵੀਅਸ ਈਅਰ ਪੇਪਰ ਐਨਾਲਿਸਿਸ ਕਰਵਾਉਂਗਾ ਹਾਂਜੀ ਕੋਆਪਰੇਟਿਵ ਬੈਂਕ ਦਾ ਪੇਪਰ ਕਦੋਂ ਹੋਏਗਾ ਰਾਜੇ ਪੇਪਰ ਜਿਹੜੇ ਵੀ ਨੇ ਸਤੰਬਰ ਤੋਂ ਬਾਅਦ ਕਦੇ ਵੀ ਤਮਾਕਾ ਹੋ ਸਕਦਾ ਹੈ ਆਪਦੀ ਤਿਆਰੀ ਪੂਰੀ ਰੱਖੋ ਆਪ ਦਾ ਜਿੰਨਾ ਵੀ ਅਸਲਾ ਹੈ ਉਹ ਇਕੱਠਾ ਕਰਕੇ ਇੱਕ ਬੈਗ 'ਚ ਪਾ ਕੇ ਰੱਖੋ ਕਦੇ ਵੀ ਆਪਾਂ ਨੂੰ ਪੇਪਰ ਦੇਣ ਜਾਣਾ ਪੈ ਸਕਦਾ ਹੈ ਹਾਂਜੀ ਲਓ ਜੀ ਦੱਸੋ ਕੀ ਹੋਏਗਾ ਆਨਸਰ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੱਲ ਤੁਹਾਨੂੰ ਹੋਮਵਰਕ ਦਿੱਤਾ ਸੀ ਮੈਂ ਵੀ ਸਾਰਿਆਂ ਨੇ ਕੀਤਾ ਹੋਣਾ ਪਰ ਮੈਨੂੰ ਕਿਸੇ ਦਾ ਵੀ ਕਮੈਂਟ ਨਹੀਂ ਦਿਖਿਆ ਇੱਕ ਦੋ ਬੱਚਿਆਂ ਨੂੰ ਛੱਡ ਕੇ ਕਿਸੇ ਦਾ ਵੀ ਕਲਾਸ ਥੱਲੇ ਕੋਈ ਕਮੈਂਟ ਨਹੀਂ ਸੀ ਹਾਂਜੀ ਗੁੱਡ ਇਵਨਿੰਗ ਅਰਾਦਾ ਅਨੂਰਾਦਾ ਗੁੱਡ ਇਵਨਿੰਗ ਰਾਜੇ ਦੱਸੋ ਕੀ ਹੋਏਗਾ ਆਨਸਰ ਡੀ 4 ਨੰਬਰ ਆਨਸਰ ਸਭ ਤੋਂ ਪਹਿਲਾਂ ਆਇਆ ਜੀ ਨਾਮ ਪਤਾ ਨਹੀਂ ਇਹਨਾਂ ਨੇ ਕੀ ਲਿਖਿਆ ਡੋਂਟ ਲੁੱਕ ਮੇਬੀ ਇਹੀ ਲਿਖਿਆ ਗੁਰਜੋਤ ਕੋਰ ਕਰ ਰਹੇ ਨੇ ਅੰਕਿਤਾ ਮਿਰਕ ਜੀ ਡੀ ਆਨਸਰ ਕਰ ਰਹੇ ਨੇ ਹਾਂਜੀ ਉਸ ਤੋਂ ਬਾਅਦ ਪਰਮਜੀਤ ਕੋਰ ਦਾ ਆਨਸਰ ਡੀ ਆਇਆ ਗੋਲੂ 4 ਨੰਬਰ ਦਰਾਜ ਰਾਜੂ ਕਿੰਡੂ डी ऑप्शन लगभग सारे डी ऑप्शनल जा रहे ने कल एक क्वेश्चन आपा ਕੀਤਾ ਸੀਗਾ ਕਿੱਥੇ ਕੀਤਾ ਸੀਗਾ ਕੱਲ ਇਹ ਹੋਮਵਰਕ ਦੇ ਅੰਦਰ ਦਿੱਤਾ ਸੀ ਹਾਂਜੀ ਡੀ 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 ਚਲੋ ਚੈੱਕ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਫਰਸਟ ਟੂ ਫਰਸਟ ਦੇਖੋਗੇ ਸੀ ਤੋਂ ਟੀ ਮਤਲਬ ਤਿੰਨ ਤੋਂ ਕੀ ਹੋ ਗਿਆ 20 ਹੋ ਗਿਆ ਤਿੰਨ ਤੋਂ 20 ਬਹੁਤ ਜ਼ਿਆਦਾ ਗੈਪ ਹੈ ਫਿਰ ਏ ਤੋਂ ਸੀ ਦੋ ਦਾ ਗੈਪ ਹੈ ਆਰ ਤੋਂ ਈ ਫਿਰ ਜ਼ਿਆਦਾ ਗੈਪ ਹੈ ਇਟ ਮੀਨ ਸੀਕੁਐਂਸ ਨਹੀਂ ਬਣੀ ਲਾਸਟ ਟੂ ਫਰਸਟ ਚੈੱਕ ਕਰੋ 13 ਤੋਂ 20 ਹੋਗੇ ਕਿੰਨੇ ਹੋਗੇ 13 ਤੋਂ ਅਗਰ 20 ਹੋਗੇ ਤਾਂ ਮਤਲਬ 7 ਪਲੱਸ ਹੋ ਗਏ 15 ਤੋਂ ਫਿਰ ਕਿੰਨੇ ਹੋਗੇ 3 ਹੋ ਗਏ 12 ਪਲੱਸ ਹੋ ਗਏ R ਤੋਂ ਫਿਰ 13 ਹੋਗੇ ਤਾਂ ਇੱਥੇ ਵੀ ਕੋਈ ਸੀਕੁਐਂਸ ਨਹੀਂ ਬਣ ਰਹੀ ਜਦੋਂ ਦੋਨੋਂ ਸਾਈਡ ਦੀ ਕੋਈ ਸੀਕੁਐਂਸ ਨਹੀਂ ਬਣੀ ਜਦੋਂ ਦੋਨੋਂ ਸਾਈਡ ਦੀ ਕੋਈ ਸੀਕੁਐਂਸ ਨਹੀਂ ਬਣੀ ਤੀਜਾ ਤਰੀਕਾ ਕੀ ਦੱਸਿਆ ਸੀ ਡਿਵਾਈਡ ਕਰ ਦੋ ਹਾਂਜੀ ਕੀ ਕਰ ਦੋ ਆਪਰੇਸ਼ਨ ਕਰ ਦੋ ਤਾਂ ਮੈਂ ਇਹਦਾ ਕੀ ਕੀਤਾ ਇੱਥੇ ਆਪਰੇਸ਼ਨ ਕਰਤਾ ਆਹ ਲਓ ਜੀ ਇਹਦਾ ਵੀ ਆਪਰੇਸ਼ਨ ਕਰਤਾ ਤਾਂ ਉਸ ਤੋਂ ਬਾਅਦ ਆਪਾਂ ਕ੍ਰੋਸ ਚੈੱਕ ਕੀਤਾ R ਤੋਂ ਇੱਥੇ ਚੈੱਕ ਕੀਤਾ R ਤੋਂ ਕੀ ਹੋ ਗਿਆ T ਹੋ ਗਿਆ ਦੇਖੋ ਮੈਂ ਲਿਖ ਕੇ ਦਿਖਾ ਰਿਹਾ ਹਾਂ C A R R O M ਠੀਕ ਹੈ ਜੀ ਉਹਨੂੰ ਕੀ ਲਿਖ ਰਿਹਾ ਹੈ T C E O Q T ਠੀਕ ਹੈ ਜੀ ਤਾਂ ਮੈਂ ਦੇਖਿਆ ਫਰਸਟ ਟੂ ਫਰਸਟ ਨਹੀਂ ਲੱਗਿਆ ਲਾਸਟ ਟੂ ਫਰਸਟ ਵੀ ਨਹੀਂ ਲੱਗਿਆ ਤਾਂ ਮੈਂ ਕੀ ਕੀਤਾ ਕ੍ਰੋਸ ਕਰਤਾ ਹੁਣ ਮੈਂ ਦੇਖਿਆ ਜੀ ਦੇਖੋ R T 18 ਤੋਂ T ਹੋ ਗਏ ਕੀ ਹੋਇਆ 2 A ਤੋਂ ਕੀ ਹੋ ਗਿਆ C ਹੋਇਆ 2 ਪਲੱਸ C ਤੋਂ E ਹੋਇਆ 2 ਪਲੱਸ ਠੀਕ ਹੈ ਜੀ ਉੱਥੋਂ ਬਾਅਦ ਦੇਖਿਆ M ਤੋਂ 13 ਤੋਂ ਕਿੰਨੇ ਹੋ ਗਏ 15 2 ਪਲੱਸ O ਤੋਂ Q 15 ਤੋਂ 17 2 ਪਲੱਸ R ਤੋਂ T 2 ਪਲੱਸ ਮਤਲਬ ਸੀਕੁਐਂਸ ਕੀ ਚੱਲੀ ਹੈ ਪਲੱਸ 2 ਸੀਕੁਐਂਸ ਕੀ ਚੱਲੀ ਹੈ ਪਲੱਸ 2 ਪਲੱਸ 2 ਔਰ ਕੀ ਕੀਤਾ ਹੈ ਕ੍ਰੋਸ ਕੀਤਾ ਹੈ ਹਾਂਜੀ ਡਿਵਾਈਡ ਕਰਕੇ ਕੀ ਕੀਤਾ ਹੈ ਕ੍ਰੋਸ ਕੀਤਾ ਹੈ ਤਾਂ ਸੇਮ ਕੀ ਆਪਾਂ ਨੂੰ ਵਰਡ ਦਿੱਤਾ ਹੈ ਸਵੀਟਸ ਤਾਂ ਸਵੀਟਸ ਨੂੰ ਕਰ ਦਿਓ ਜੀ S W ਡਬਲ e, ਈ टी एस सेम उ प्रोसीजर विचालढ़ता जी ओपरेशन करता ई e तो दो, दो प्लस किते ई ते या दो प्लस किते की आएगा सत्त जी डबल्यू तेई तो दो प्लस किते पच्ची वाई एस उन्नी दो प्लस किते कि हो गए इक्की यू एस दो प्लस किते आ जाएगा यू हाँ जी की आ जाएगा यू टी दो प्लस किते वी ई e दो प्लस किते जी तो अपना आंसर आ जाएगा जी जी वाई यू यू वी जी ਹਾਂਜੀ ਜੀ ਵਾਈ ਯੂ ਯੂ ਵੀ ਜੀ ਸੀ ਅਨਸਰ ਕੀ ਹੋ ਜਾਏਗਾ ਰਾਈਟ ਅਨਸਰ ਹੋ ਜਾਏਗਾ ਕਲੀਅਰ ਹੈ ਜੀ ਸਾਰਿਆਂ ਨੂੰ ਕਲੀਅਰ ਹੈ ਰਾਜੇ ਹਾਂਜੀ ਕਾਫੀ ਜਣੇ ਡੀ ਅਨਸਰ ਕਰ ਰਹੇ ਨੇ ਡੀ ਵਾਲੇ ਥੋੜਾ ਜਿਹਾ ਧਿਆਨ ਨਾਲ ਚੈੱਕ ਕਰੋ ਅਨਸਰ ਕੀ ਹੋਏਗਾ ਤੇ ਜਿਹੜੇ ਆਪਸ ਵਿੱਚ ਇੰਟਰੋਡਕਸ਼ਨ ਕਰ ਰਹੇ ਨੇ ਰਾਜੇ ਪੜਾਈ ਵੱਲ ਧਿਆਨ ਦੇ ਲੋ ਕੋਈ ਗੱਲ ਨਹੀਂ ਸੁੱਖਾ ਕਿੱਥੋਂ ਵੀ ਹੋਊਗਾ ਫਿਰੋਜ਼ਪੁਰ ਕੈਂਟ ਤੋਂ ਹੋਊਗਾ ਜਾਂ ਸਿਟੀ ਤੋਂ ਹੋਊਗਾ ਤੁਹਾਨੂੰ ਪਤਾ ਲੱਗ ਜਾਏਗਾ ਪਰ ਪਹਿਲਾ ਕੁਸ਼ਨਾਂ ਵੱਲ ਧਿਆਨ ਦੇ ਲੋ ਹਾਂਜੀ ਡੀ ਵਾਲੇ ਚੈੱਕ ਕਰੋ ਕਿੱਥੇ ਅਨਸਰ ਕਰ ਗਏ ਓਕੇ ਕਲੀਅਰ ਹੈ ਸਾਰਿਆਂ ਨੂੰ ਚਲੋ ਆਜੋ ਅਗਲੇ ਕੁਸ਼ਨ ਤੇ ਹਾਂਜੀ ਨੈਕਸਟ ਕੁਸ਼ਨ ਦੱਸੋ ਕੀ ਹੋਏਗਾ ਅਨਸਰ ਕਲੀਅਰ ਜੀ ਕਲੀਅਰ ਜੀ ਕਲੀਅਰ ਜੀ ਤਾਂ ਨੈਕਸਟ ਆਜੋ ਕੀ ਹੋਏਗਾ ਆਨਸਰ ਦੇਖੋ ਇੱਕ ਵਰਡ ਸੀਗਾ ਕਾਮਰਸ ਉਹਨੂੰ ਕੀ ਲਿਖ ਰਿਹਾ ਐ ਐਲ ਜੈ ਡ ਜੇ ਜੀਓ ਬੀ ਬੀ ਜੈ ਤਾਂ ਉਸੇ ਤਰੀਕੇ ਨਾਲ ਅੱਗੇ ਉਹਨੇ ਕੀ ਵਰਡ ਦਿੱਤਾ ਹੈ ਪੀ ਯੂ ਆਰ ਪੀਓ ਐਸ ਈ ਡੀ ਪ੍ਰਪੋਜ਼ਡ ਉਹਨੂੰ ਕੀ ਲਿਖੇਗਾ ਕੀ ਆਨਸਰ ਸੀ ਦੱਸੋ ਬਿਲਕੁਲ ਕਈ ਜਣੇ ਕਹਿ ਰਹੇ ਨੇ ਮਿਸਟੇਕ ਹੋਈ ਹੈ ਰਾਜੇ ਮਿਸਟੇਕ ਹੋਈ ਹੈ ਦਿਖ ਗਿਆ ਆਨਸਰ ਤੋਂ ਵੀ ਪਤਾ ਲੱਗ ਗਿਆ ਕਿ ਮਿਸਟੇਕ ਹੋਈ ਹੈ ਹੈਨਾ ਤਾਂ ਜਿਨ੍ਹਾਂ ਨੇ ਹਲੇ ਤੱਕ ਕਲਾਸ ਨੂੰ ਸ਼ੇਅਰ ਨਹੀਂ ਕੀਤਾ ਕਲਾਸ ਨੂੰ ਸ਼ੇਅਰ ਕਰ ਦੋ ਲਾਈਕ ਕਰ ਦੋ ਇਸ ਚੀਜ਼ ਦੇ ਅੰਦਰ ਪਿੱਛੇ ਨਾ ਰਹੋ ਹਾਂਜੀ ਦੱਸੋ ਕੀ ਹੋਏਗਾ ਆਨਸਰ ਫਟਾਫਟ ਦੱਸੋ ਕੋਈ ਆਨਸਰ ਨਹੀਂ ਆ ਰਿਹਾ ਕਿਸੇ ਦਾ ਕਿਸੇ ਦਾ ਕੋਈ ਵੀ ਆਨਸਰ ਨਹੀਂ ਆ ਰਿਹਾ ਆਨਸਰ ਕਰੋ ਵੀ ਸਾਰੇ ਜਣੇ ਫਟਾਫਟ ਹਾਂਜੀ ਕੀ ਕਰ ਰਹੇ ਹੋ ਕੁਝ ਵੀ ਨਹੀਂ ਕਿਸੇ ਦਾ ਕੋਈ ਆਨਸਰ ਨਹੀਂ ਡੀ ਡੀ ਨੋਟ ਡੀ ਚਲੋ ਚੈੱਕ ਕਰਦੇ ਹਾਂ ਜੀ ਕਾਮਰਸ ਹੈ ਸਭ ਤੋਂ ਪਹਿਲਾਂ ਫਰਸਟ ਟੂ ਲਾਸਟ ਚੈੱਕ ਕਰੋ ਸੀ ਤੋਂ ਕੀ ਹੋਇਆ ਹਾਂਜੀ ਸੀ ਤੋਂ ਕੀ ਹੋ ਗਿਆ ਐਲ ਹੋ ਗਿਆ 10 ਤੋਂ 12 9 ਪਲੱਸ ਹੋ ਗਏ ਉਹ ਤੋਂ ਜੈਡ 15 ਤੋਂ 26 ਕਿੰਨੇ ਪਲੱਸ ਹੋ ਗਏ 9 ਪਲੱਸ ਹੋ ਗਏ ਐਮ ਤੋਂ ਜੇ ਫਿਰ ਇੱਥੇ ਗੱਲ ਨਹੀਂ ਬਣੀ ਹਨਾ ਇੱਥੇ ਗੱਲ ਨਹੀਂ ਬਣੀ ਲੇਕਿਨ ਕੁਛ ਨਾ ਕੁਛ ਹੋਰ ਤਰੀਕੇ ਨਾਲ ਦੇਖੀਏ ਤਾਂ E ਤੋਂ Z ਜਾਂ ਫਿਰ ਵਾਪਿਸ ਅਗਰ ਦੇਖੋ ਦੇਖੋ ਇੱਥੇ ਦੋ ਵਾਰ ਕੀ ਹੋ ਰਿਹਾ J ਹੋ ਰਿਹਾ ਇੱਥੇ ਦੋ ਵਾਰ M ਹੋ ਰਿਹਾ ਤਾਂ ਇਟ ਮੀਨਸ ਕੀ ਹੈ ਕ੍ਰੋਸ ਦਾ ਮੈਥਡ ਲੱਗ ਸਕਦਾ ਹੈ ਹਾਂਜੀ ਕ੍ਰੋਸ ਦਾ ਮੈਥਡ ਲੱਗ ਸਕਦਾ ਹੈ ਚਲੋ ਕ੍ਰੋਸ ਦਾ ਮੈਥਡ ਲਾਇਆ ਤਾਂ ਮੈਨੂੰ ਪਤਾ ਲੱਗ ਗਿਆ ਇਹਨੇ ਕੀ ਕੀਤਾ ਹੈ ਕ੍ਰੋਸ ਕੀਤਾ ਹੈ ਕਿਉਂ ਕ੍ਰੋਸ ਕੀਤਾ ਹੈ ਔਰ -10 ਹੋਏ ਨੇ ਕਿਉਂਕਿ ਇੱਥੇ ਦੋ ਐਮ ਸੀ ਇੱਥੇ ਦੋ ਜੈ ਜੈ ਆ ਰਿਹਾ ਹੈ ਤਾਂ ਇਟ ਮੀਨਸ ਕੀ ਹੋਇਆ ਹੈ ਕ੍ਰੋਸ ਇੱਥੇ ਡਬਲ ਡਬਲ ਕਰਤਾ ਸੀ ਓ ਸੀ ਦੇ ਅੰਦਰੋਂ 10 ਮਾਈਨਸ ਕੀਤੇ ਜੈਡ ਲਿਖਤਾ ਉਹਦੇ ਅੰਦਰੋਂ 3 ਮਾਈਨਸ ਕੀਤੇ ਕੀ ਕਰਤਾ ਐਲ ਲਿਖਤਾ ਮਤਲਬ ਹਰ ਦੋ ਦੋ ਵਰਡ ਨੂੰ ਕੀ ਕਰ ਰਿਹਾ ਹੈ ਕ੍ਰੋਸ ਲਿਖ ਰਿਹਾ ਹੈ ਔਰ ਮਾਈਨਸ ਕੀ ਕਰ ਰਿਹਾ ਹੈ 3 ਕਰ ਰਿਹਾ ਹੈ ਠੀਕ ਹੈ ਜੀ ਚੈੱਕ ਕਰਦੇ ਹਾਂ ਦੇਖੋ ਸੀ ਚੋਂ -10 ਕੀਤੇ ਐਲ ਆ ਗਿਆ ਸੀ ਚੋਂ -10 ਕੀਤੇ ਜੈਡ ਆ ਗਿਆ ਲੋ ਜੀ ਐਮ ਚੋਂ -10 ਕੀਤੇ ਜੇ ਆ ਗਿਆ ਫਿਰ ਐਮ ਚੋਂ -10 ਕੀਤਾ ਜੇ ਆ ਗਿਆ ਠੀਕ ਹੈ ਜੀ ਆਰ ਚੋਂ -10 ਕੀਤੇ ਤਾਂ ਕੀ ਆ ਗਿਆ 18 ਚੋਂ 3 ਗਏ ਜੀ 15 ਆ ਗਿਆ ਈ ਚੋਂ ਤਿੰਨ ਗਏ ਜੀ ਦੋ ਆ ਗਿਆ ਈ ਚੋਂ ਤਿੰਨ ਜਾਣਗੇ ਬੀ ਆ ਗਿਆ ਸੀ ਚੋਂ ਦੋ ਗਏ ਜੈਡ ਆ ਗਿਆ ਬਸ ਕਰਨਾ ਕੀ ਸੀਗਾ ਪੀ ਯੂ ਆਰ ਪੀਓ ਐਸ ਈ ਡੀ ਦੋ ਦੋ ਜੋ ਵੰਡ ਦੋ ਆ ਲਓ ਜੀ ਵੰਡ ਤੇ ਕਰੋਸ ਕਰਕੇ ਮਾਈਨਸ ਕਰ ਦੋ ਯੂ 21 ਤੇ ਹੈ ਤੇ ਕਿੰਨੇ ਮਾਈਨਸ ਕੀਤੇ ਸੀ ਤਿੰਨ ਹਾਂਜੀ ਸੀਕੁਐਂਸ ਮਾਈਨਸ 10 ਦੀ ਸੀਗੀ ਮਾਈਨਸ 10 ਕਰੋ 21 ਚੋਂ ਤਿੰਨ ਗਏ ਕਿੰਨੇ ਹੋਣਗੇ 18 आ लो जी सोलह चो तीन गए किन्ने हो गए तेरह पी सोलह तीन गए तेरह आर एम पी सोलह तीन गए तेरह अठारह चो तीन गए पंद्रह उन्नी चो तीन गए सोलह पंद्रह चो तीन गए बारह डी चो फिर तीन गए ए ई तेन गए पी e अपना आंसर की आएगा आर डबल एम ओ पी आर डबल एम ओ R W M O P L A B ਹਾਂਜੀ ਪਹਿਲਾ ਆਨਸਰ ਕਿੱਧਰ ਗਏ ਸਾਰੇ ਜਣੇ ਹਾਂਜੀ ਕੀ ਕਰ ਰਹੇ ਹੋ ਨੋਟ 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 ਦੀ ਝੜੀ ਲਾਤੀ ਸਾਰਿਆਂ ਨੇ ਪਰ ਆਨਸਰ ਤਾਂ A ਆ ਰਿਹਾ ਹੈ ਕੀ ਗੱਲ ਦੁੱਧ ਦੱਦ ਨਹੀਂ ਪੀ ਕੇ ਬੈਠੇਗੇ ਹਾਂਜੀ ਜਿਨ੍ਹਾਂ ਨੇ ਰੋਟੀ ਖਾਣ ਤੋਂ ਬਾਅਦ ਜਿਨ੍ਹਾਂ ਨੂੰ ਨੀਂਦ ਆ ਰਹੀ ਹੈ ਉਹ ਚਾਹ ਬਣਵਾ ਲਓ ਕਰਦਿਆਂ ਨੂੰ ਕਹਿ ਦਿਓ ਕਲਾਸ ਲੱਗ ਰਹੀ ਐ ਰੀਜਨਿੰਗ ਦੀ ਤੇ ਦਿਮਾਗ ਦੇ ਸਾਰੇ ਕੋੜੇ ਭਜਾਣੇ ਪੈਣਗੇ ਤਾਂ ਹੀ ਗੱਲ ਬਣਨੀ ਐ ਤਾਂ ਵਧੀਆ ਜੀ ਅਦਰਕ ਉਦਰਕ ਪਵਾ ਕੇ ਵਧੀਆ ਇਲਾਇਚੀ ਵਾਲੀ ਚਾਹ ਬਣਵਾ ਕੇ ਬੈਠ ਜੋ ਜਿਹੜੇ ਦੁੱਧ ਪੀਂਦੇ ਨੇ ਉਹ ਦੁੱਧ ਦਾ ਗਲਾਸ ਨਾਲ ਰੱਖ ਦੋ ਨਾਲ ਨਾਲ ਕੋਟ ਇਧਰੋਂ ਲਈ ਜਾਓ ਤੇ ਇਧਰੋਂ ਦਿਮਾਗ ਦੇ ਕੋੜੇ ਭਜਾਈ ਜਾਓ ਹਾਂਜੀ ਬਹੁਤ ਜੇ ਬੱਚਿਆਂ ਨੇ ਕੁਐਸਚਨ ਗਲਤ ਕੀਤਾ ਹੈ ਦੇਖੋ ਤੁਹਾਡੇ ਕੋਲ ਪੂਰੇ ਕਿੰਨੇ 24 ਘੰਟੇ ਸੀਗੇ ਕੱਲ ਮੈਂ ਰਾਤ ਨੂੰ ਆਪਾਂ 10 ਤੋਂ 11 ਵਾਲੀ ਕਲਾਸ ਤੋਂ ਉਹਨੂੰ ਕੁਐਸਚਨ ਦੇ ਕੇ ਗਿਆ ਅੱਜ 10 ਤੋਂ 11 ਵਾਲੀ ਕਲਾਸ ਚ ਕਰ ਰਹੇ ਆ ਫੇਰ ਵੀ ਗਲਤ ਹਾਂਜੀ ਲੋ ਗੋਵਿੰਦ ਕਹ ਰਹੇ ਨੇ ਕੌਫੀ ਪੀਆ ਕਰੋ ਦੇਖੋ ਕਾਫੀ ਵਾਲੀ ਕੋਈ ਗੱਲ ਨਹੀਂ ਖਰਚਾ ਖਰਚਾ ਨਹੀਂ ਕਰਨਾ 커피 ਵਾਲਾ ਤੁਸੀਂ ਆਪਣੇ ਚਾਹ ਦੁੱਧ ਨਾਲ ਹੀ ਸਾਰ ਲੈਣਾ ਹੈਨਾ ਰਾਜੇ ਐਲ ਆ ਰਿਹਾ ਐਲ ਆ ਰਿਹਾ ਉਹ ਚੋਂ ਮਾਈਨਸ ਕਰੋਗੇ ਤਾਂ ਐਲ ਆ ਰਿਹਾ ਦੇਖੋ ਮਾਈਨਸ 10 ਦੀ ਸੀਕੁਐਂਸ ਚੱਲੀ ਹੈ ਚਲੋ ਜੀ ਅਗਲੇ ਕੁਐਸਚਨ ਤੇ ਆਜੋ ਹਾਂਜੀ ਦੱਸੋ ਕੀ ਹੋਏਗਾ ਫਟਾਫਟ ਦੱਸੋ ਕੀ ਹੋਏਗਾ ਦੇਖ ਲਓ ਕਈ ਤਾਂ ਐਡੇ ਨਾ ਐਡੇ ਪੱਕੇ ਵਾਲੇ ਟੀਟ ਹੈ ਜਿਹੜੇ ਇੱਕ ਤਾਂ ਹੁੰਦੇ ਨਾ ਟੀ-ਸ਼ਰਟ ਤੇ ਟੀਟ ਲਿਖਾਈ ਫਿਰਦੇ ਆ ਇਹ ਉਸ ਤੋਂ ਵੀ ਵੱਡੇ ਟੀਟ ਹੈ ਇਸ ਟਾਈਮ ਆਪਾਂ ਚੱਲ ਰਹੇ ਹਾਂ 100 ਜਣੇ ਲਾਈਵ ਔਰ ਲਾਈਕ ਹੋਏ ਨੇ 51 ਕਿਉਂ ਭਾਈ ਐਡੀ ਆਲਸ ਲਾਈਕ ਕਰਨ ਚ ਐਡੀ ਆਲਸ ਕਰ ਰਹੇ ਹੋ ਹੂੰ ਸੁਰਿੰਦਰ ਗੌਰ ਕਹਿ ਰਹੇ ਨੇ ਸਰ ਜੀ ਸਵੇਰ ਦੀ ਕਲਾਸਾਂ ਲਾ ਆ ਰਹੇ ਥੱਕ ਗਏ ਆ ਕੋਈ ਗੱਲ ਨਹੀਂ ਰਾਜੇ ਥਕਾਨ ਹੁੰਦੀ ਹੈ ਮੈਂ ਵੀ ਸਮਝਦਾ ਪਰ 11 ਵਜੇ ਤੋਂ ਬਾਅਦ ਆਪਦੇ ਕੋੜੇ ਕਾੜੇ ਸਭ ਵੇਚ ਕੇ ਸੋਇਆ ਕਰੋ ਮਸਤੀ ਨਾਲ 7 ਘੰਟੇ ਨੀਂਦ ਮਾਰਿਆ ਕਰੋ ਪੂਰੀ ਠੀਕ ਹੈ 11 ਤੋਂ ਚਲੋ 6 ਘੰਟੇ ਲਾ ਲਓ ਤੁਸੀਂ 7 ਘੰਟੇ ਹੀ ਹੋ ਗਏ 12 7 ਬਿਲਕੁਲ 7 ਘੰਟੇ ਨੀਂਦ ਸਫੀਸ਼ੀਐਂਟ ਹੈ ਤੁਹਾਡੇ ਲਈ ਜਿਹੜੇ ਪੜਨ ਵਾਲੇ ਹੋ ਤੁਸੀਂ ਹਾਂਜੀ ਦਸੋ ਵੀ ਕੀ ਹੋਏਗਾ ਆਨਸਰ ਕਲਾਊਡ ਨੂੰ ਕੀ ਲਿਖ ਰਿਹਾ ਹੈ ਵੈਰੀ ਗੁੱਡ ਆਨਸਰ ਆਣਾ ਸਟਾਰਟ ਹੋ ਗਿਆ ਗੋਲੂ ਨੇ ਸਭ ਤੋਂ ਪਹਿਲਾ ਆਨਸਰ ਕੀਤਾ ਹੈ ਗੋਲੂ ਨੇ ਦੋ ਵਾਰ ਆਨਸਰ ਕਰਤਾ ਬਾਕੀ ਸਾਰੇ ਕਿਸੇ ਨੇ ਆਨਸਰ ਨਹੀਂ ਕੀਤਾ ਲੈ ਕਿਸੇ ਵੀ ਬੱਚੇ ਦਾ ਆਨਸਰ ਨਹੀਂ ਆਇਆ ਹਾਂਜੀ ਹੁਣ ਰਾਜੂ ਕਿੰਡੂ ਨੇ ਕਰਤਾ ਜੀ 75 ਹਾਂਜੀ ਦੇਖੋ ਕਲਾਊਡ ਹੈ 55 ਹੈ ਦੇਖੋ ਇੱਥੇ ਕੁਝ ਅਲਫਾਬੈਟ ਦਿਖ ਰਹੇ ਨੇ ਔਰ 55 ਮਤਲਬ 50 ਅਕਰੋਸ ਜਿਵੇਂ ਆਪਾਂ 26 ਹੁੰਦੇ ਨੇ 26 ਤੋਂ ਅੱਪ ਜਾ ਰਿਹਾ ਹੈ ਮਤਲਬ ਡਬਲ ਦੇ ਉੱਪਰ ਜਾ ਰਿਹਾ ਤਾਂ ਲਗਭਗ ਲਗਭਗ ਜਦੋਂ ਵੀ ਇਸ ਦਾ ਕੋਸ਼ਿਸ਼ ਵੀ ਇਹ ਜਾ ਮਿਲੇ ਕਿ ਜਿੰਨੇ ਅਲਫਾਬੈਟ ਦਿੱਤੇ ਆ ਔਰ ਕਾਫੀ ਵੱਡਾ ਨੰਬਰ ਆ ਰਿਹਾ 50 ਪਲੱਸ ਕੁਝ ਵੀ ਆ ਰਿਹਾ ਤਾਂ ਤੁਸੀਂ ਹਮੇਸ਼ਾ ਕੀ ਦੇਖੋਗੇ ਕੈਲਕੂਲੇਸ਼ਨ ਕੀ ਕਰਨੀ ਹੈ ਕੈਲਕੂਲੇਸ਼ਨ ਮੈਂ ਕੁਝ ਵੀ ਨਹੀਂ ਕਰਦਾ 3 12 15 21 4 ਹਾਂਜੀ 3 12 15 21 4 21 ਤੇ 4 25 25 ਤੇ 15 40 40 ਤੇ 12 52 ਤੇ 3 55 ਆ लो जी ਕੀ ਹੋਇਆ ਅਲਫਾਬੈਟ ਦਾ ਟੋਟਲ ਹੋਇਆ ਹੈ ਨੰਬਰਿੰਗ ਤੁਹਾਨੂੰ ਯਾਦ ਹੈ ਤਾਂ ਇਹ ਕੁਸ਼ਚਨ ਬਿਲਕੁਲ ਹਲਵਾ ਕੁਸ਼ਚਨ ਹੈਗਾ 19 9 14 7 5 18 ਜੋੜ ਦਿਓ ਜੀ 8 ਤੇ 5 13 20 24 33 ਤੇ 9 42 ਠੀਕ ਹੈ ਜੀ 4 4 ਤੇ 3 7 ਹਾਂਜੀ ਕਿੰਨਾ ਆਜੂਗਾ 72 ਕਿੰਨਾ ਆਜੂਗਾ 72 ਕਲੀਅਰ ਹੈ ਐਡੀਸ਼ਨ ਆਫ ਪਲੇਸ ਆਫ ਅਲਫਾਬੈਟ ਬਿਲਕੁਲ ਐਡੀਸ਼ਨ ਆਫ ਪਲੇਸ ਆਫ ਅਲਫਾਬੈਟ ਅਲਫਾਬੈਟ ਦੀ ਜੇ ਤੁਹਾਨੂੰ ਪਲੇਸ ਵੈਲਿਊ ਯਾਦ ਹੈ ਜਿਹੜੀ ਕੱਲ ਤੁਹਾਨੂੰ ਕਰਵਾਈ ਸੀ ਆਈ ਨੋ ਐਚ ਦੇ ਦੋਨੋਂ ਮੂੰਹ ਬੰਦ ਕਰ ਦੋ 8 ਬਣ ਗਿਆ ਅੰਬਰੇਲੇ ਚ 21 ਕਲਰ ਨੇ ਸਾਡਾ ਵੀਰਾ 22 22 ਤੇ ਹਨਾ ਤੇ ਜੇ ਤਾਂ ਯਾਦ ਹੈ ਇਹ ਕੁਐਸਚਨ ਬਿਲਕੁਲ ਕਿਸੇ ਦਾ ਬਿਲਕੁਲ ਠੰਡਾ ਹਲਵਾ ਸੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਖਾ ਸਕਦੇ ਸੀ ਹਾਂਜੀ ਕਲੀਅਰ ਚਲੋ ਜੀ ਅਗਲੇ ਕੁਐਸਚਨ ਤੇ ਆਜੋ ਲੋ ਜੀ ਦੱਸੋ ਕੀ ਹੋਏਗਾ ਹਾਂਜੀ ਦੱਸੋ ਕੀ ਹੋਏਗਾ ਫਟਾਫਟ ਦੱਸੋ ਕੀ ਹੋਏਗਾ ਕਹਿੰਦਾ ਜੀ ਬ੍ਰਿਕਸ ਹੈ 51 ਹੈ ਬ੍ਰਿਕਸ ਨੂੰ ਕੀ ਲਿਖ ਰਿਹਾ 51 ਲਿਖ ਰਿਹਾ ਤਾਂ ਉਸੇ ਤਰੀਕੇ ਨਾਲ ਲੀਡਰ ਨੂੰ ਕੀ ਲਿਖੇਗਾ ਹਾਂਜੀ ਲੀਡਰ ਨੂੰ ਕੀ ਲਿਖੇਗਾ ਫਟਾਫਟ ਦੱਸੋ ਕੀ ਹੋਏਗਾ ਆਨਸਰ ਹਾਂਜੀ ਫਟਾਫਟ ਕਰੋ ਆਨਸਰ ਕੀ ਹੋਏਗਾ ਕਹਿੰਦਾ ਜੀ ਬ੍ਰਿਕਸ ਹੈ ਬ੍ਰਿਕਸ ਨੂੰ ਕੋਡ ਦੇ ਅੰਦਰ ਲਿਖਿਆ ਜਾਂਦਾ ਹੈ 51 ਬ੍ਰਿਕਸ ਨੂੰ ਕੀ ਲਿਖਿਆ ਜਾਂਦਾ ਹੈ 51 ਤਾਂ ਉਸ ਨੂੰ ਕੀ ਲਿਖੇਗਾ ਤਾਂ ਦੱਸੋ ਕੀ ਹੋਏਗਾ ਆਨਸਰ 45 45 45 ਚਲੋ ਚੈੱਕ ਕਰਦੇ ਆਂ ਸਭ ਤੋਂ ਪਹਿਲਾਂ ਬ੍ਰਿਕਸ ਨੂੰ ਚੈੱਕ ਕੀਤਾ 2 18 20 3 9 29 29 ਤੇ 3 32 32 ਤੇ 20 ਕਿੰਨੇ ਹੋ ਗਏ 52 ਮਤਲਬ 19 ਸੀਗੇ 52 1 ਕਿੰਨੇ ਹੋ ਗਏ 51 ਚਲੋ ਜੀ ਕੀ ਕੀਤਾ ਹੈ ਪਲੇਸ ਵੈਲਿਊ ਟੋਟਲ ਆਪਣੇ ਕੋਲ ਵਾਰਡ ਕੀਤਾ ਹੈ ਲੀਡਰ 12 5 1 4 5 18 ਹਾਂਜੀ ਇੰਨਾ ਹੀ ਹੋਏਗਾ कि देखो बारह पांच एक चार पठार अठारह तेई तेई तो ते चार, ते 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 चार सताई सताई तो एक अठाई अठाई पे तेती दो पैंती तो दस या गलत जोड़ता अठारह और पांच तेईस तेईस और चार सताई और एक अठाई अठाईस और पांच पं तेती और दो पैंतीस और दस पंताली ਹਾਂਜੀ ਕਿੰਨਾ ਹੋ ਜਾਏਗਾ 45 ਕਲੀਅਰ ਹੈ ਹਾਂਜੀ ਹਾਂਜੀ ਕਲਰ ਚੇਂਜ ਕਰ ਲਿਆ ਰਾਜੇ ਚੇਂਜ ਕਰ ਲਿਆ ਵਿਜੀਬਲ ਨਹੀਂ ਸੀ ਮੈਂ ਦੇਖ ਲਿਆ ਠੀਕ ਹੈ ਜੀ ਕੀ ਆਨਸਰ ਹੋ ਜਾਏਗਾ 45 ਹਲੇ ਵੀ ਕਈ ਜਣੇ ਸੀ ਆਨਸਰ ਕਰ ਰਹੇ ਨੇ ਅਮਨਦੀਪ ਥੋੜਾ ਜਿਹਾ ਧਿਆਨ ਨਾਲ ਦੇਖੋ ਸੀ ਆਨਸਰ ਨਹੀਂ ਆਏਗਾ ਆਨਸਰ ਕੀ ਆਏਗਾ ਆਨਸਰ ਆਏਗਾ ਆਪਣਾ ਬੀ 45 ਚਲਿਏ ਚਲੋ ਜੀ ਗੁਰਿੰਦਰ ਕੋਰ ਕਹਿ ਰਹੇ ਨੇ 44 ਹੈ ਰਾਜੇ 45 ਆਊਗਾ ਚਲੋ ਜੀ ਹਾਂਜੀ ਨੈਕਸਟ ਕੁਐਸਚਨ ਆ ਗਿਆ ਤੁਹਾਡੀ ਸਕਰੀਨ ਤੇ ਦੱਸੋ ਕੀ ਹੋਏਗਾ ਅੱਜ ਅੱਜ ਤੁਸੀਂ ਐ ਮੰਨ ਲਓ ਵੀ ਤੁਹਾਡੇ ਦਿਮਾਗ ਦੇ ਨਾਲ ਜਿੰਨੀਆਂ ਵੀ ਉਹ ਕਹਿੰਦੇ ਆ ਨਾ ਦਿਮਾਗ ਦੇ ਸਾਰੀਆਂ ਨਸਾਂ ਖੁੱਲ ਜਾਣੀਆਂ ਮੈਂ ਤੁਹਾਨੂੰ ਵਾਦਾ ਕੀਤਾ ਸੀਗਾ ਆਪਾਂ ਸਟਾਰਟਿੰਗ 'ਚ ਕੀ ਲਿਖਿਆ ਸੀ ਕਿ ਕੋਡਿੰਗ ਡੀਕੋਡਿੰਗ ਚੁਟਕੀਆਂ 'ਚ ਤਾਂ ਤੁਸੀਂ ਚੁਟਕੀਆਂ 'ਚ ਕਰੋਗੇ ਔਰ ਕਰ ਵੀ ਰਹੇ ਹੋ ਕੁਛ ਇੱਕ ਤਾਂ ਕਰਨ ਲੱਗੇ ਜਿੰਨਾ ਤੋਂ ਨਹੀਂ ਹੋ ਰਿਹਾ ਉਹ ਕਰਨ ਲੱਗ ਜਾਣਗੇ ਗਾਰੰਟੀ ਹੈ ਮੇਰੀ لیکن تھوڑا جا انٹرسٹ بنا کے پڑھو مزہ آ رہا ہے کلاس دے اندر اور جتنا ہو سکدا ہے شیئر کرو لائک کرو اور اس تو بعد फटाफट اے تے انسر دو ہاں جی گبروں کہہ رہے نے -1 ہونا راجے -1 نہیں ہونا میں جتھے بعد چ جتھے اوتھے 52 سیگے اوتھے میں 20 جوڑ تے سی اوتھے 19 جوڑنے سی تا میں -1 بولیا سیگا راجے -1 نہیں ہویا سی امن دیپ -1 ਨਹੀਂ ਹੋਇਆ ਸੀ ਮੈਂ ਸਿਰਫ -1 ਬੋਲਿਆ ਸੀਗਾ ਕਿਉਂਕਿ ਮੈਂ 19 ਦੀ ਥਾਂ ਤੇ 20 ਜੋੜੇ ਸੀ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਲਈ ਹਾਂਜੀ ਫਟਾਫਟ ਦੱਸੋ ਕੀ ਹੋਏਗਾ ਆਨਸਰ ਸਭ ਤੋਂ ਪਹਿਲਾਂ ਆਇਆ ਆਨਸਰ ਸੰਦੀਪ ਕੋਰ ਸਿੱਧੂ ਦਾ 4/6 ਮਤਲਬ ਸੀ ਆਨਸਰ ਕਰ ਰਹੇ ਨੇ ਕੁਝ ਜਿਹੜੇ ਬੀ ਕਹਿ ਰਹੇ ਨੇ ਅਮਨਪ੍ਰੀਤ ਮੈਂ -1 ਸਿਰਫ ਬੋਲਿਆ ਸੀ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਵਾਸਤੇ ਠੀਕ ਹੈ ਉਥੇ ਮਾਈਨਸ 1 ਨਹੀਂ ਹੋਇਆ ਅਗਰ ਤੁਹਾਨੂੰ ਨਹੀਂ ਹੈ ਤਾਂ ਆ ਚੈੱਕ ਕਰੋ ਕਿੰਨੇ ਸੀਗੇ ਦੇਖੋ 2 ਤੇ 18 20 20 ਤੇ 9 29 29 ਤੇ 3 32 32 ਤੇ 19 32 ਤੇ 10 42 42 ਤੇ 9 51 ਤੁਸੀਂ ਟੋਟਲ ਕਰਕੇ ਦੇਖ ਲਓ ਦੁਬਾਰਾ ਲਓ ਜੀ ਦੱਸੋ ਕੀ ਹੋਏਗਾ ਆਨਸਰ ਸੀ 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 ਓਕੇ ਬੀ ਆਨਸਰ ਸੰਗੀਤਾ ਜੀ ਕਹਿ ਰਹੇ ਨੇ ਬੀ ਹੈ ਜੀ ਸੀ ਵੀ ਹੈ ਤੇ ਬੀ ਵੀ ਹੈ ਚਲੋ ਆਓ ਚੈੱਕ ਕਰਦੇ ਆਂ ਦੇਖੋ ਜਦੋਂ ਵੀ ਤੁਹਾਨੂੰ ਇਸ ਟਾਈਪ ਦਾ ਮਿਲੇ ਕੁਐਸਚਨ ਕਿਸ ਟਾਈਪ ਦਾ ਜਦੋਂ ਉਹ ਕੁਝ ਬਟਾ ਦੇ ਅੰਦਰ ਲਿਖ ਰਿਹਾ ਕੁਝ ਅਪੋਨ ਲਿਖ ਰਿਹਾ ਜਿਵੇਂ ਇੱਥੇ ਉਹਨੇ ਲਿਖਤਾ ਕਰਾਊਡ ਨੂੰ 3/5 ਹਾਂਜੀ ਕਰਾਊਡ ਨੂੰ ਕੀ ਲਿਖਤਾ 3/5 ਜਦੋਂ ਵੀ ਇਸ ਟਾਈਪ ਦਾ ਕੁਝ ਵੀ ਲਿਖ ਰਿਹਾ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ਭੱਜ ਕੇ ਕੀ ਦੇਖਣਾ ਕਿ ਉਹਨੇ ਜੋ ਅਲਫਾਬੈਟ ਜੋ ਵਰਡ ਦਿੱਤਾ ਉਹਦੇ ਵਿੱਚ ਅਲਫਾਬੈਟ ਕਿੰਨੇ ਯੂਜ਼ ਹੋਏ ਨੇ ਸਭ ਤੋਂ ਪਹਿਲਾ ਕੰਮ ਮੈਂ ਫਟਾਫਟ ਚੈੱਕ ਕੀਤਾ 1 2 3 4 5 5 ਤਾਂ ਮੈਨੂੰ ਲੱਭ ਗਿਆ 5 ਤਾਂ ਮੈਨੂੰ ਲੱਭ ਗਿਆ ਕਿ ਇਹਨੇ ਕੀ ਕੀਤਾ ਹੈ ਅਲਫਾਬੈਟ ਦਾ ਟੋਟਲ ਨੰਬਰ ਲਿਖਿਆ ਹੈ 5 ਆ ਗਿਆ ਜੀ ਹੁਣ 3 ਕਿੱਥੋਂ ਆਇਆ ਮੈਂ ਚੈੱਕ ਕਰੂੰਗਾ ਹੁਣ ਦੇਖੋ 5 ਤਾਂ ਇੱਥੋਂ ਹੈ ਤਾਂ 3 ਵੀ ਤਾਂ ਇਹਨਾਂ ਪੰਜਾਂ ਚੋਂ ਹੀ ਨਿਕਲਿਆ ਆਉਣਾ ਕੁਛ ਨਾ ਕੁਛ 3 ਵੀ ਕਿੱਥੋਂ ਨਿਕਲ ਕੇ ਆਇਆ ਹੈ ਪੰਜਾਂ ਦੇ ਅੰਦਰੋਂ ਤਾਂ ਮੈਂ ਚੈੱਕ ਕਰੂੰਗਾ ਕੀ ਚੀਜ਼ ਇੱਕ ਤਾਂ ਵੋਵਲਸ ਔਰ ਦੂਸਰੇ ਕਰੂੰਗਾ ਕੌਨਸੋਨੈਂਟ ਮੈਂ ਚੈੱਕ ਕੀਤੇ ਸਭ ਤੋਂ ਪਹਿਲਾਂ ਵੋਵਲਸ ਵੋਵਲਸ ਕਿੰਨੇ ਨੇ ਇੱਕ ਆ ਰਿਹਾ ਇੱਕ ਆ ਰਿਹਾ ਦੋ ਵੋਵਲਸ ਤਾਂ ਨਿਕਲ ਕੇ ਆਏ ਜੀ ਦੋ ਇੱਥੇ ਆ ਰਿਹਾ ਤਿੰਨ ਇਟ ਮੀਨਸ ਕੌਨਸੋਨੈਂਟ ਕਿੰਨੇ ਨੇ ਇੱਕ ਦੋ ਤਿੰਨ ਲੋ ਜੀ ਮੈਨੂੰ ਪਤਾ ਲੱਗ ਗਿਆ ਇਹ ਕੀ ਕਰ ਰਿਹਾ ਹੈ ਬਟਾ ਦੇ ਥੱਲੇ ਜਿਹੜਾ ਅਪੋਂਚ ਤੇੜਾ ਥੱਲੇ ਨੰਬਰ ਲਿਖ ਰਿਹਾ ਉਹ ਨੰਬਰ ਤਾਂ ਲਿਖ ਰਿਹਾ ਹੈ ਅਲਫਾਬੈਟ ਦਾ ਪੂਰਾ ਦਾ ਪੂਰਾ ਅਲਫਾਬੈਟ ਜਿੰਨੇ ਯੂਜ਼ ਹੋਏ ਨੇ ਉਹ ਔਰ ਉੱਪਰ ਲਿਖ ਰਿਹਾ ਹੈ ਕੌਨਸੋਨੈਂਟ ਉੱਪਰ ਕੀ ਲਿਖ ਰਿਹਾ ਹੈ ਕੌਨਸੋਨੈਂਟ ਤਾਂ ਮੈਂ ਚੱਕ ਲਿਆ ਇਸ ਵਰਡ ਨੂੰ ਫਟਾਫਟ ਦੇਖੋ 1 2 3 4 5 6 ਨੀਚੇ ਤਾਂ ਆਏਗਾ 6 ਕਨਫਰਮ ਹੋ ਗਿਆ ਹੁਣ ਆਪਾਂ ਕੀ ਦੇਖੇ ਕੌਨਸੋਨੈਂਟ ਕਿਉਂਕਿ ਤਨ ਕੀ ਸੀਗੇ ਕੌਨਸੋਨੈਂਟ ਤਾਂ ਇੱਥੇ ਕੌਨਸੋਨੈਂਟ ਚੱਕੋ 1 2 3 4 ਕੀ ਆਨਸਰ ਆ ਜਾਏਗਾ 4/6 ਕੀ ਆਨਸਰ ਆਏਗਾ 4/6 ਹਾਂਜੀ ਕਲੀਅਰ ਹੈ ਸਾਰਿਆਂ ਨੂੰ ਕਲੀਅਰ ਹੋ ਗਿਆ ਅਗਰ ਸਾਰਿਆਂ ਨੂੰ ਕਲੀਅਰ ਹੋ ਗਿਆ ਤਾਂ ਫਟਾਫਟ ਇੱਕ ਵਾਰ ਸਾਰੇ ਜਣੇ ਥੰਬ ਪ੍ਰੈਸ ਕਰ ਦੋਗੇ ਹਾਂਜੀ ਸਰ ਕਲੀਅਰ 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 ਫਟਾਫਟ ਕਰੋ ਫਟਾਫਟ ਹਲੇ ਵੀ ਕਈ ਜਣੇ ਬੀ ਲਿਖ ਰਹੇ ਨੇ ਰਾਜੇ ਬੀ ਤਾਂ ਹੁੰਦਾ ਬੀ ਕਦੋਂ ਹੁੰਦਾ ਜਦੋਂ ਉਹ ਕੀ ਲਿਖਦਾ ਉੱਪਰ ਲਿਖਦਾ ਵੋਵਲਸ ਤਾਂ ਆਂਦਾ ਬੀ ਵੋਵਲਸ ਹੁੰਦੇ ਤਾਂ 2/ਏ ਆਂਦਾ ਏ ਹੁੰਦਾ ਕਦੋਂ ਜਦੋਂ ਉਹ ਲਿਖਦਾ ਵੋਵਲਸ ਠੀਕ ਹੈ ਜੀ ਹਾਂਜੀ yes sir clear 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 ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਤੇ ਆਜੋ ਦੱਸੋ ਕੀ ਹੋਏਗਾ ਆਨਸਰ ਹਾਂਜੀ ਕੀ ਹੋਏਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਫਟਾਫਟ ਦੱਸੋ ਕੀ ਹੋਏਗਾ ਆਨਸਰ ਫਟਾਫਟ ਦੱਸੋ ਆਨਸਰ ਕੀ ਹੋਏਗਾ ਕੀ ਕਹਿ ਰਿਹਾ ਕਹਿੰਦਾ ਇੱਕ ਖਾਸ ਕੋਡ ਵਿੱਚ ਪਾਰਕਿੰਗ ਜਿਹੜਾ ਵਰਡ ਹੈ ਉਹਨੂੰ ਕੀ ਲਿਖ ਰਿਹਾ 4 ਲਿਖ ਰਿਹਾ ਪਾਰਕਿੰਗ ਨੂੰ ਕੀ ਲਿਖ ਰਿਹਾ 4 ਪਾਰਕਿੰਗ ਇਨਾ ਵੱਡਾ ਇੱਥੇ ਲਿਖ ਰਿਹਾ ਜੀ 4 ਹਾਂਜੀ ਤਾਂ ਉਸੇ ਕੋਡ ਚ ਕੀ ਕਹਿ ਰਿਹਾ ਬਾਰ ਬਾਰ ਨੂੰ ਕੀ ਲਿਖੇਗਾ ਹਾਂਜੀ ਕੀ ਹੋਏਗਾ ਆਨਸਰ ਗੋਲੂ ਕਹਿ ਰਹੇ ਨੇ ਨੋਟ ਲੋ ਜੀ ਗੋਲੂ ਦਾ ਸਭ ਤੋਂ ਪਹਿਲਾ ਆਨਸਰ ਆ ਗਿਆ ਗੋਲੂ ਕਹਿੰਦੇ ਨੇ ਨੋਟ ਗੋਲੂ ਨੇ ਸਿਲੰਡਰ ਕਰਤਾ ਇਥੇ ਸਿਲੰਡਰ ਕਰਤਾ ਵੀ ਹੱਥ ਚੱਕ ਤੇ ਕਹਿੰਦਾ ਨੋਟ ਹੋਊਗਾ ਚਲੋ ਬਾਕੀ ਦੱਸੋ ਵੀ ਕੀ ਹੋਏਗਾ ਸੁਖੀ ਕਹਿ ਰਹੇ ਨੇ ਨੋਟ ਸੁਨੀਤਾ ਰਾਣੀ ਕਹਿ ਰਹੇ ਨੇ ਬੀ ਮਤਲਬ ਅੱਠ ਆਪਸ਼ਨ ਨਾਲ ਜਾ ਰਹੇ ਨੇ ਸੰਦੀਪ ਕੌਰ ਸਿੱਧੂ ਕਹਿ ਰਹੇ ਨੇ ਨੋਟ ਚਲੋ ਚੈੱਕ ਕਰਦੇ ਹਾਂ ਜੀ ਚੈੱਕ ਕਰਦੇ ਹਾਂ ਜੀ ਨੋਟ ਚਲੋ ਜੀ ਬਾਕੀ ਵੀ ਦੱਸੋ ਵੀ ਕੀ ਹੋਏਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਪਹਿਲੀ ਕਲਾਸ ਜੋ ਕੋਡਿੰਗ ਡੀਕੋਡਿੰਗ ਦੀ ਹੋਈ ਸੀ ਅਗਰ ਉਹ ਲਈ ਹੈ ਤਾਂ ਉਹ ਕੁਝ ਨਾ ਕੁਝ ਅਨਸਰ ਮੇ ਵੀ ਕਰ ਸਕਦੇ ਨੇ ਕਾਫੀ ਜਣੇ ਬੀ ਦੇ ਨਾਲ ਜਾ ਰਹੇ ਨੇ ਕੁਝ ਜਣੇ ਡੀ ਦੇ ਨਾਲ ਜਾ ਰਹੇ ਨੇ 6 2 4 ਆਵੇਗਾ ਓਕੇ ਬੀ ਬੀ ਨੋਟ ਓਕੇ ਅਮੂ ਐਪ ਐਮ ਹਾਂਜੀ ਹੈਲੋ ਹਨਾ ਤਾਂ ਦੇਖੋ ਆਪਾਂ ਸਭ ਤੋਂ ਪਹਿਲਾਂ ਕੀ ਦੇਖਿਆ ਪਾਰਕਿੰਗ ਔਰ ਇੱਥੇ ਵਾਈਲ ਕੀ ਆ ਰਿਹਾ 4 ਤਾਂ ਇੱਥੇ ਦੋ ਚੀਜ਼ਾਂ ਲੱਗ ਸਕਦੀਆਂ ਲੋਜਿਕ ਇੱਥੇ ਲੱਗ ਸਕਦੇ ਨੇ ਦੋ ਪਹਿਲਾ ਲੌਜੀਕ ਕੀ ਲੱਗੂਗਾ ਤੁਹਾਨੂੰ ਮੈਂ ਇੱਕ ਮੈਥਡ ਦੱਸਿਆ ਸੀ ਸਿੰਗਲ ਡਿਜੀਟ ਕੀ ਮੈਥਡ ਦੱਸਿਆ ਸੀ ਸਿੰਗਲ ਡਿਜੀਟ ਕਿਉਂ ਕਿ ਇੱਥੇ ਕੀ ਆ ਰਿਹਾ ਸਿੰਗਲ ਡਿਜੀਟ ਆ ਰਿਹਾ ਹੈ ਮਤਲਬ ਇੰਨਾ ਵੱਡਾ ਵਰਡ ਹੈ ਇਹਦੇ ਅੰਦਰ ਅਗਰ ਮੈਂ ਅਲਫਾਬੈਟ ਵੀ ਕਾਊਂਟ ਕਰਾਂ 2 4 6 7 ਕਿੰਨੇ ਅਲਫਾਬੈਟ ਨੇ 7 ਤੇ ਇੱਥੇ ਕਿੰਨਾ ਆ ਰਿਹਾ 4 ਇਟ ਮੀਨਸ ਉਹ ਕਿੱਥੇ ਗਿਆ ਹੈ ਸਿੰਗਲ ਡਿਜੀਟ ਦੇ ਅੰਦਰ ਕਿੱਥੇ ਗਿਆ ਹੈ ਸਿੰਗਲ ਡਿਜੀਟ ਦੇ ਅੰਦਰ ਤਾਂ ਆਪਾਂ ਦੇਖਾਂਗੇ ਸਿੰਗਲ ਡਿਜੀਟ ਸਭ ਤੋਂ ਪਹਿਲਾ ਕਿਉਂਕਿ ਇੱਥੇ ਆ ਰਿਹਾ ਸਿੰਗਲ ਡਿਜੀਟ ਅਗਰ ਮੰਨ ਲਓ ਇਸ ਤਰੀਕੇ ਨਾਲ ਦਿੰਦਾ ਇਹਾਂ ਇੱਥੇ ਕੀ ਦੇ ਦਿੰਦਾ ਇੱਥੇ ਦੇ ਦਿੰਦਾ ਇਸ ਤਰੀਕੇ ਨਾਲ 2/5 ਦੇ ਦਿੰਦਾ ਹਾਂਜੀ 2/7 ਦੇ ਦਿੰਦਾ 5/7 ਦੇ ਦਿੰਦਾ ਇਸ ਟਾਈਪ ਦੇ ਅੰਦਰ ਕੁਝ ਦਿੰਦਾ ਤਾਂ ਆਪਾਂ ਸਮਝ ਸਕਦੇ ਸੀ ਕਿ ਉਹਨੇ ਕੀ ਲਾਇਆ ਵੋਵਲਸ ਦਾ ਜਾਂ ਕੌਨਸੋਨੈਂਟ ਦਾ ਕੁਝ ਚੱਕਰ ਕੀਤਾ ਲੇਕਿਨ ਇੱਥੇ ਉਹਨੇ ਸਿਰਫ ਔਰ ਸਿਰਫ ਸਿੰਗਲ ਡਿਜੀਟ ਦਿੱਤਾ ਹੈ ਤਾਂ ਤੁਸੀਂ ਚੈੱਕ ਕਰੋਗੇ ਸਿੰਗਲ ਡਿਜੀਟ ਮੈਂ ਸਿੰਗਲ ਡਿਜੀਟ ਚੈੱਕ ਕਰੂੰਗਾ ਤਾਂ ਮੈਂ ਇਹਨਾਂ ਦੀ ਟੋਟਲਿੰਗ ਕਰੂੰਗਾ ਹਾਂਜੀ 16 ਤੇ 1 17 17 ਤੇ 18 35 35 ਤੇ 10 45 ਤੇ 1 46 46 ਤੇ 9 55 55 ਔਰ 14 ਹਾਂਜੀ 55 ਤੇ 15 ਕਰੀਏ ਤਾਂ ਕਿੰਨੇ ਹੋ ਗਏ 70 ਔਰ 6 76 ਕਿੰਨੇ ਹੋ ਗਏ 76 76 ਦੇ ਅੰਦਰ ਦੇਖੋ ਦੋ ਡਿਜੀਟ ਹੈ 76 ਦੇ ਅੰਦਰ ਕਿੰਨੇ ਡਿਜੀਟ ਨੇ ਦੋ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਜੋੜਿਆ ਤਾਂ ਕਿੰਨੇ ਆ ਗਏ 7 ਤੇ 6 13 ਫਿਰ ਦੋਨਾਂ ਨੂੰ ਜੋੜਿਆ 1 3 ਤਾਂ ਕਿੰਨੇ ਆ ਗਏ 4 ਆ ਗਏ ਕਿੰਨੇ ਆ ਗਏ 4 ਆਗੇ ਤਾਂ ਇੱਥੇ 4 ਆ ਰਿਹਾ ਇਟ ਮੀਨਸ ਉਹਨੇ ਕੀ ਕੀਤਾ ਸਿੰਗਲ ਡਿਜੀਟ ਕੀਤਾ ਹੈ ਹਾਂਜੀ ਕੀ ਕੀਤਾ ਸਿੰਗਲ ਡਿਜੀਟ ਕੀਤਾ ਤਾਂ ਤੁਸੀਂ ਡਾਇਰੈਕਟ ਕੀ ਕਰੋਗੇ ਸਿੰਗਲ ਡਿਜੀਟ ਮੈਥਡ ਯੂਜ਼ ਕਰੋਗੇ ਵਾੜ ਕੀ ਸੀ ਆਪਣੇ ਕੋਲ ਬੀ ਆਰ ਬੀ ਇਰ ਤਾਂ ਦੇਖੋ 2 1 18 2 5 18 ਜੋੜੋ ਕੀ ਹੋਏਗਾ 18 ਤੇ 5 23 25 25 ਤੇ 15 ਕਿੰਨੇ ਹੋ ਗਏ 40 ਤੇ 3 43 ਤੇ 1 44 44 ਤੇ 2 46 ਕਿੰਨੇ ਹੋ ਗਏ 46 ਦੋ ਡਿਜੀਟ ਆ ਗਏ ਦੋਨਾਂ ਨੂੰ ਜੋੜੋ ਕਿੰਨਾ ਹੋ ਗਿਆ 10 ਫਿਰ ਦੋਨਾਂ ਨੂੰ ਜੋੜੋ ਕੀ ਆ ਗਿਆ 1 ਤਾਂ ਸੀ ਕੀ ਹੋ ਜਾਏਗਾ ਆਪਣਾ ਆਨਸਰ ਹੋ ਜਾਏਗਾ ਹਾਂਜੀ 6 4 10 10 ਨੂੰ ਫਿਰ ਸਿੰਗਲ ਡਿਜੀਟ ਕਰੋ ਕੀ ਆਏਗਾ 1 ਆਏਗਾ ਹਾਂ ਗੋਲੂ 1 ਆ ਗਿਆ ਹੁਣ ਗੋਲੂ ਕਹਿੰਦਾ ਸਰ 1 ਆਏਗਾ ਬਿਲਕੁਲ ਕੀ ਆਏਗਾ 1 ਆਏਗਾ ਹਾਂਜੀ ਇੱਕ ਆਏਗਾ ਬਿਲਕੁਲ ਹੁਣ ਫਟਾਫਟ ਸਭ ਜਣੇ ਕੀ ਕਰ ਰਹੇ ਨੇ ਇੱਕ 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 ਲਿਖ ਰਹੇ ਨੇ ਹਾਂਜੀ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕਿਵੇਂ ਹੁਣ ਜੋ ਤੁਸੀਂ ਦੁੱਧ ਪੀ ਰਹੇ ਹੋ ਕੌਫੀ ਪੀ ਰਹੇ ਹੋ ਚਾਹ ਪੀ ਰਹੇ ਹੋ ਅਸਰ ਕਰ ਰਹੀ ਹੈ ਕਿ ਨਹੀਂ ਕਰ ਰਹੀ ਹਾਂਜੀ ਜਿਹੜਾ ਦੁੱਧ ਚਾਹ ਕੌਫੀ ਪੀਤਾ ਹੁਣ ਕੋਈ ਅਸਰ ਕਰ ਰਹੀ ਹੈ ਕਿ ਨਹੀਂ ਕਰ ਰਹੀ ਖੋਲ ਰੀਆਂ ਨੇ ਦਿਮਾਗ ਦੀਆਂ ਨਾੜਾਂ ਬਿਲਕੁਲ 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 ਕੀ ਕਹਿ ਰਹੇ ਨੇ ਇਹਨਾਂ ਦਾ ਨਾਮ ਕੀ ਹੈ ਬਿਲਕੁਲ ਸਰ ਤੁਸੀਂ ਜਿਉ ਵੀ ਕਮੈਂਟ ਕਰ ਰਹੇ ਹੋ ਤੁਹਾਡਾ ਸਭ ਤੋਂ ਪਹਿਲਾ ਆਨਸਰ ਮੈਂ ਦੇਖਿਆ ਸੀ ਸਹੀ ਸੀਗਾ ਨਾਮ ਤੁਹਾਡਾ ਕੀ ਹੈ ਨਾਮ ਮੈਨੂੰ ਦੇਖਣਾ ਪਏਗਾ 1 ਸੈਕਿੰਡ ਰੁਕੋ ਇਹਨਾਂ ਦਾ ਨਾਮ ਹੈ ਜੀ ਬੋਜ ਰਾਜ ਹੈ ਨਾ ਬਿਲਕੁਲ ਇਹਨਾਂ ਨੇ ਸਭ ਤੋਂ ਪਹਿਲਾ ਆਨਸਰ ਕੀਤਾ ਸੀ ਬੋਜ ਰਾਜ ਨੇ ਮੈਂ ਦੇਖਿਆ ਵੀ ਸੀ ਬਿਲਕੁਲ ਸਹੀ ਹੈ ਜੀ ਚਲੋ ਜੀ ਆਜੋ ਅਗਲੇ ਕੁਐਸਚਨ ਤੇ ਲੋ ਜੀ ਦੱਸੋ ਕੀ ਹੋਏਗਾ ਬੜਾ ਸ਼ਾਨਦਾਰ ਕੁਐਸਚਨ ਹੈ ਜੀ ਹਾਂਜੀ ਦੱਸੋ ਕੀ ਹੋਏਗਾ ਆਨਸਰ ਕਹਿੰਦਾ ਜੀ ਗੁਰੂਕੂਲ ਲਿਖਿਆ ਗੁਰੂਕੂਲ ਨੂੰ ਲਿਖ ਰਿਹਾ 3.4 ਹਾਂਜੀ ਗੁਰੂਕੂਲ ਨੂੰ ਕੀ ਲਿਖ ਰਿਹਾ 3.4 ਤਾ ਉਸੇ ਤਰੀਕੇ ਨਾਲ ਗੁਰੂਗ੍ਰਾਮ ਨੂੰ ਕੀ ਲਿਖੇਗਾ ਕਰੋ ਜੀ ਅਨਸਰ ਫਟਾਫਟ ਕੀ ਹੋਏਗਾ ਅਨਸਰ ਗੁਰੂਕੁਲ ਹੈ ਵਰਡ ਗੁਰੂਕੁਲ ਨੂੰ ਲਿਖ ਰਿਹਾ ਜੀ 3.4 ਤਾਂ ਉਸੇ ਤਰੀਕੇ ਨਾਲ ਗੁਰੂਗ੍ਰਾਮ ਨੂੰ ਕੀ ਲਿਖੇਗਾ ਇਹ ਰੀਜਨਿੰਗ ਹੈ ਰੀਜਨਿੰਗ ਹੈ ਨਾ ਇੱਕ ਇਹ ਰੀਜਨਿੰਗ ਹੈ ਇਹਦੇ ਅੰਦਰ ਕੁਝ ਵੀ ਲਾ ਸਕਦਾ ਮੈਂ ਤੁਹਾਨੂੰ ਦੱਸਿਆ ਸੀ ਪਹਿਲੇ ਦਿਨੀ ਕਿ ਰੀਜਨਿੰਗ ਦਾ ਮਤਲਬ ਕੀ ਹੁੰਦਾ ਕਿਸੇ ਦੇ ਪਿੱਛੇ ਕੀ ਕਾਰਨ ਹੈ ਰੀਜਨ ਲੱਭਣਾ ਨੰਬਰ 2 ਇਹਨੂੰ ਬੋਲਦੇ ਨੇ ਮੈਂਟਲ ਐਬਿਲਿਟੀ ਕੀ ਬੋਲਦੇ ਨੇ ਮੈਂਟਲ ਐਬਿਲਿਟੀ ਮੈਂਟਲ ਮਤਲਬ ਪਾਗਲਪਨ ਐਬਿਲਿਟੀ ਮਤਲਬ ਤੁਹਾਡੀ ਯੋਗਤਾ ਤੁਸੀਂ ਕਿੰਨੀ ਪਾਗਲਪਨ ਦੀ ਹੱਦ ਤੱਕ ਸੋਚ ਸਕਦੇ ਹੋ ਕਿੰਨੇ ਕੁ ਪਾਗਲ ਹੋ ਕੇ ਨਾ ਕੁਸ਼ਨਾਂ ਨੂੰ ਕਰ ਸਕਦੇ ਹੋ ਤਾਂ ਹੈ ਮੈਂਟਲ ਐਬਿਲਿਟੀ ਹਾਂਜੀ ਦੱਸੋ ਕੀ ਹੋਏਗਾ ਆਨਸਰ ਕਿਸੇ ਦਾ ਕੋਈ ਆਨਸਰ ਨਹੀਂ ਆ ਰਿਹਾ ਕੀ ਗੱਲ ਹੋ ਗਈ ਹਾਂਜੀ ਕੋਈ ਆਨਸਰ ਨਹੀਂ ਕਿਸੇ ਦਾ ਬਹੁਤ ਈਜੀ ਕੁਐਸਚਨ ਹੈ ਬਹੁਤ ਈਜੀ ਕੁਐਸਚਨ ਹੈ ਛੋਟਾ ਜਿਹਾ ਕਨਸੈਪਟ ਹੈ ਬਿਲਕੁਲ ਛੋਟਾ ਜਿਹਾ ਥੋੜਾ ਜਿਹਾ ਦਿਮਾਗ ਲਾਉਂਗੇ ਜਿਹੜਾ ਵੀ ਚਾਹ ਕੌਫੀ ਦੁੱਧ ਪੀਤਾ ਹੈ ਉਹਦੇ ਤੇ ਥੋੜਾ ਜਿਹਾ ਪ੍ਰੈਸ਼ਰ ਪਾਓ ਦਿਮਾਗ ਤੇ ਨਾੜਾਂ ਤੋੜੀਆਂ ਖੁੱਲਣਗੀਆਂ ਤੇ ਤੁਹਾਡਾ ਆਨਸਰ ਕੀ ਆਏਗਾ ਫਟਕ ਦੇ ਨਾ ਆਏਗਾ ਬਿਲਕੁਲ ਈਜੀ ਹੈ ਹਿੰਟ ਦੇ ਰਹੇ ਹਾਂ ਤੁਹਾਨੂੰ ਅਲਫਾਬੈਟ ਦੇ ਅੰਦਰੋਂ ਹੀ ਹੈ ਹਾਂਜੀ ਕੁਝ ਨਹੀਂ ਕਰਨਾ ਨਾ ਅਲਫਾਬੈਟ ਦੇ ਨੰਬਰ ਅਲਫਾਬੈਟ ਪਲੇਸ ਵੈਲਿਊ ਜੋੜਨੀ ਹੈ ਨਾ ਕੁਝ ਹੋਰ ਕਰਨਾ ਅਲਫਾਬੈਟ ਦੇ ਅੰਦਰੋਂ ਹੀ ਹੈ ਹੁਣ ਤਾਂ ਦੇਖ ਲਓ ਕੀ ਹੋ ਸਕਦਾ ᱱੋ ਕਮੈਂਟ ਕੋਈ ਕਮੈਂਟ ਨਹੀਂ ਕਿਸੇ ਦੇ ਵੀ ਹਾਂਜੀ ਚਲੋ बिल्कुल कमेंट ब्लॉक हो गए ने या की कर रहे ने ओके 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 ठीक है जी ठीक है हो गया हो गया बिल्कुल थ्री पॉइंट फाइव बी 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 दे नाल जा रहे ने बिल्कुल ओके ओके गोलू हनेरी आ गई बिल्कुल क्योंकि कमेंट की सी रो गए रिफ्रैश किया उस तो बाद चले हाँ जी हाँ जी चैट न रिफ्रैश कर लिया थ्री टाइम ओके चलो जी चलो ਦੇਖੀਏ ਕੀ ਕਹਿ ਰਿਹਾ ਗੁਰੂਕੋਲ ਨੂੰ 3.4 ਜਦੋਂ ਵੀ ਇਸ ਟਾਈਪ ਆ ਜਾਏ ਜਦੋਂ ਵੀ ਕੀ ਆ ਜਾਏ ਪੁਆਇੰਟ ਦੇ ਅੰਦਰ ਆ ਜਾਏ ਤਾਂ ਤੁਸੀਂ ਦੇਖਣਾ ਮੈਂ ਦੇਖਿਆ 4 3 7 2 4 6 1 7 ਲੌਜੀਕ ਲੱਗ ਗਿਆ ਕਿ ਜਿੰਨੇ ਅਲਫਾਬੈਟ ਨੇ ਉਹਨਾਂ ਹੀ ਅਲਫਾਬੈਟ ਅੱਗੇ ਇਹਨਾਂ ਦਾ ਨੰਬਰ ਦਾ ਟੋਟਲ ਆ ਰਿਹਾ ਤਾਂ ਆਪਾਂ ਦੇਖਣਾ ਕਿ 1 2 3 ਜਦੋਂ ਤੁਸੀਂ ਦੇਖ ਲਿਆ ਕਿ ਅਲਫਾਬੈਟ ਦੇ ਇਕੁਅਲ ਕੀ ਆ ਰਹੇ ਨੇ अल्फाबैट के इक्वल की आ रहे हैं नंबर आ रहे हैं दैन तुम देखोगे एक दो तेन क्योंकि आप उस तो बाद एक ही चार है वोवल और कॉन्सोनेंट तो वोवल्स देखे तेन लिखते जी पॉइंट लाया फोर की लिखते कॉन्सोनेंट तक अपने को आंसर की गुरुग्राम एक दो तेन लो जी सब तो पहला वोवल्स आ गए थ्री एक दो तेन चार पाँच थ्री पॉइंट फाइव हाँ जी थ्री पॉइंट फाइव बी आंसर क्लियर है ਹਾਂਜੀ ਕਲੀਅਰ ਹੈ ਸਾਰਿਆਂ ਨੂੰ ਅਗਰ ਸਾਰਿਆਂ ਨੂੰ ਕਲੀਅਰ ਹੈ ਤਾਂ फटाफट ਇੱਕ ਵਾਰ ਥੰਮ ਪ੍ਰੈਸ ਕਰ ਦੋ ਇੱਕ ਵਾਰ ਥੰਮ ਪ੍ਰੈਸ ਕਰ ਦੋਗੇ ਹਾਂਜੀ ਸਰ ਕਲੀਅਰ ਹੈ ਕਲੀਅਰ ਹੈ ਕਲੀਅਰ ਹੈ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਾਜੇ ਜੋ ਲੇਟ ਹੋ ਗਏ ਉਹ ਕੁਝ ਕੁਸ਼ਨਾ ਤੋਂ ਚੂਗ ਗਏ ਕੋਈ ਚੱਕਰ ਨਹੀਂ ਹੈ ਬਾਅਦ ਚ ਰਿਕਾਰਡਰ ਦੁਬਾਰਾ ਦੇਖ ਲਿਆ ਜੇ ਦੁਬਾਰਾ ਕਲਾਸ ਨੂੰ ਦੇਖ ਲਿਆ ਜੇ ਕਿਉਂਕਿ ਤੁਹਾਨੂੰ ਫਿਰ ਕਾਫੀ ਕੁਝ ਨਿਆ ਸਿੱਖਣ ਨੂੰ ਮਿਲੇਗਾ ਯੈਸ ਸਰ ਯੈਸ ਸਰ ਯੈਸ ਸਰ ਹਾਂਜੀ ਚਲੋ ਆਜੋ ਅਗਲੇ ਕੁਐਸਚਨ ਤੇ ਲੋ ਜੀ ਕੁਐਸਚਨ ਆ ਗਿਆ ਤੁਹਾਡੀ ਸਕਰੀਨ ਤੇ ਦੱਸੋ ਕੀ ਹੋਏਗਾ ਆਨਸਰ ਕਰੋ ਕੀ ਹੋਏਗਾ ਕਹਿੰਦਾ ਜੀ ਸਮਾਰਟ ਹੈ ਹਾਂਜੀ ਸਮਾਰਟ ਇੱਕ ਵਰਡ ਹੈ ਉਹਨੂੰ ਕੀ ਲਿਖ ਰਿਹਾ ਹੈ V 18 11 31 9 ਪਤਾ ਨਹੀਂ ਕੀ ਕੁਝ ਲਿਖ ਰਿਹਾ ਹੈ ਆਪਾਂ ਨੂੰ ਉਸੇ ਤਰੀਕੇ ਨਾਲ ਦੇਖਣਾ ਸਿਸਟਰ ਨੂੰ ਕੀ ਲਿਖੇਗਾ ਦੱਸੋ ਕੀ ਹੋਏਗਾ ਜਸਪ੍ਰੀਤ ਸਿੰਘ ਕਹਿ ਰਹੇ ਨੇ 3.5 ਓਕੇ ਹੈ ਜੀ ਓਕੇ ਹੈ ਬਿਲਕੁਲ ਜਸਪ੍ਰੀਤ ਜੀ 3.5 ਆਏਗਾ ਹਾਂਜੀ ओके okay, सब तो पहला आंसर आया जी परमजीत कौर का सी आंसर आया जसवीर कौर कह रहे हैं सी मोहन भट्टी कह रहे हैं बी उस तो बाद आ रहा जी कंचन सिक्स पॉइंट टू परमजीत कौर सी बी बी सी बी ए ऑप्शन डी ओके ऑप्शन डी वंदना कह रहे हैं बी ओके okay, गुरजोत ए चलो जी चेक करिए ਚੈੱਕ ਕਰੀਏ ਕਾਫੀ ਜਣੇ ਅਨਸਰ ਬੀ ਸੀ ਦੇ ਅੰਦਰ ਜਾ ਰਹੇ ਨੇ ਕੁਝ ਏ ਵੀ ਕਰ ਰਹੇ ਨੇ ਤਾਂ ਦੇਖੋ ਸਭ ਤੋਂ ਪਹਿਲਾਂ ਕੀ ਸੀਗਾ 스마트 ਇੱਕ ਛੋਟਾ ਜਿਹਾ ਵਰਡ ਹੈ ਕਿੰਨੇ ਅਲਫਾਬੈਟ ਨੇ ਪੰਜ ਔਰ ਇੱਥੇ ਨੰਬਰ ਕਿਨੇ ਬਹੁਤ ਜ਼ਿਆਦਾ ਨੇ ਜਦੋਂ ਵੀ ਅਲਫਾਬੈਟ ਘੱਟ ਤੇ ਨੰਬਰ ਜ਼ਿਆਦਾ ਹੋਣ ਤੁਸੀਂ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਪਲੇਸ ਵੈਲਿਊ ਚੈੱਕ ਕਰਨੀ ਹੈ ਸਭ ਤੋਂ ਪਹਿਲਾਂ ਪਲੇਸ ਵੈਲਿਊ ਮੈਂ ਦੇਖਿਆ ਜੀ ਐਸ ਐਸ ਆ ਰਿਹਾ ਜੀ ਲਾਸਟ ਚ 19 ਚ ਤਾਂ ਮੈਂ ਦੇਖਿਆ ਟੀ ਟੀ ਆ ਰਿਹਾ ਜੀ 20 ਤੇ ਤਾਂ ਮੈਂ ਦੇਖਿਆ ਜੀ ਟੀ 20 ਤੇ R ਆ ਗਿਆ ਜੀ 18 ਤੇ ਤਾਂ ਦੇਖੋ ਆ ਗਿਆ 18 ਤੇ ਇੱਕ ਆ ਗਿਆ ਜੀ ਆ ਲਓ ਜੀ ਇੱਕ ਆ ਗਿਆ M ਆ ਗਿਆ ਜੀ 13 ਤੇ ਆ ਲਓ ਜੀ 13 ਆ ਗਿਆ S ਆ ਗਿਆ ਜੀ 19 ਤੇ ਆ ਲਓ ਜੀ 19 ਆ ਗਿਆ ਕੁਝ ਨਹੀਂ ਕੀਤਾ ਕੀ ਕੀਤਾ ਲਾਸਟ ਟੂ ਫਰਸਟ ਕੀ ਲਿਖਦਾ ਅਲਫਾਬੈਟ ਦੀ ਪਲੇਸ ਵੈਲਿਊ ਆਪਾਂ ਨੂੰ ਕੀ ਲਿਖਣਾ ਹੈ ਸਿਸਟਰ ਸਭ ਤੋਂ ਪਹਿਲਾਂ ਲਾਸਟ ਤੋਂ ਸਟਾਰਟ ਕੀਤਾ 18 5 V 19 9 19 ਮਨ ਮੈਂ ਵਿਚਾਲੇ ਵਾਲੇ ਡੰਡੇ ਹਟਾਤੇ ਤਾਂ ਕੀ ਬਣ ਜੂਗਾ ਅਨਸਰ 185 V 19 9 19 ਆ ਲੋ ਜੀ ਕਿਹੜਾ ਅਨਸਰ ਆ ਜਾਏਗਾ 185 V 19 9 19 B ਅਨਸਰ ਇਜ਼ ਦਾ ਰਾਈਟ ਅਨਸਰ ਹਾਂਜੀ ਕਲੀਅਰ ਹੈ ਕਲੀਅਰ ਹੈ ਸਾਰਿਆਂ ਨੂੰ ਸਚਿੰਦ ਨੇ ਕੋਈ ਉਹ ਪਤਾ ਨਹੀਂ ਹੁਣ ਉਹਨਾਂ ਦੇ ਨਾਮ ਦੇ ਪਿੱਛੇ ਈ ਲੱਗਿਆ ਜਾਂ ਈ ਆਪਸ਼ਨ ਕਰ ਰਹੇ ਨੇ ਚਲੋ ਕੋਈ ਗੱਲ ਨਹੀਂ ਚਲੋ ਆਜੋ ਨੈਕਸਟ ਕੁਐਸਚਨ ਤੇ ਹਾਂਜੀ ਦੱਸੋ ਕੀ ਹੋਏਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਹਾਂਜੀ ਬਿਲਕੁਲ ਰਿਵਰਸ ਤੋਂ ਕਾਊਂਟ ਕੀਤਾ ਹੈ ਸੰਦੀਪ ਬਿਲਕੁਲ ਰਿਵਰਸ ਤੋਂ ਕਾਊਂਟ ਕੀਤਾ ਹੈ ਓਕੇ ਕੁਲਵਿੰਦਰ ਕਹਿ ਰਹੇ ਨੇ ਜੀ ਮੇਰਾ ਰਾਈਟ ਹੈ ਵੈਰੀ ਗੁੱਡ ਵੈਰੀ ਗੁੱਡ ਜੀ ਵੈਰੀ ਗੁੱਡ ਕੁਲਵਿੰਦਰ ਜੀਬੀਡੀ ਤੁਹਾਡਾ ਰਾਈਟ ਹੈ ਵੈਰੀ ਗੁੱਡ ਗੁਰਜੋਤ ਬੀ ਯੈਸ ਸਰ ਯੈਸ ਸਰ ਮਮਤਾ ਕੰਬੋਜ ਜੀ ਸਰ ਹਾਂਜੀ ਦੱਸੋ ਕੀ ਹੋਏਗਾ ਆਨਸਰ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕੀ ਕਹਿ ਰਿਹਾ ਕਹਿੰਦਾ ਜੀ ਬੈਟਰ ਇੱਕ ਵਰਡ ਹੈ ਬੈਟਰ ਬੈਟਰ ਨੂੰ ਕੀ ਲਿਖ ਰਿਹਾ ਜੀ 14 19 19 4 17 ਮੈਂ ਬੋਲਤਾ ਦੇਖੋ ਮੈਂ ਆਨਸਰ ਵੀ ਕਰਤਾ ਚੱਲ ਦੱਸੋ ਕੀ ਹੋਏਗਾ ਆਨਸਰ ਬੀ 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 ਹਾਂਜੀ क्लियर ਹੈ ਦੱਸੋ ਕੀ ਹੋਏਗਾ ਆਨਸਰ ਓਕੇ ਸਭ ਤੋਂ ਪਹਿਲਾਂ ਰੀਨਾ ਕਹਿ ਰਹੇ ਨੇ ਸੀ ਆਏਗਾ ਰੀਨਾ ਦਾ ਆਨਸਰ ਸੀ ਆਇਆ ਹੈ ਬਾਕੀਆਂ ਦਾ ਵੀ ਕਾਫੀ ਜਣੇ ਦਾ ਸੀ ਆ ਰਿਹਾ ਹੈ ਕਾਫੀ ਜਣੇ ਦਾ ਸੀ ਆਨਸਰ ਦੇ ਨਾਲ ਜਾ ਰਹੇ ਨੇ ਵੈਰੀ ਗੁੱਡ ਵੈਰੀ ਗੁੱਡ ਸਭ ਤੋਂ ਪਹਿਲਾਂ ਦੇਖੋ ਉਹੀ ਚੀਜ਼ B E T T E R ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਕੀ ਦੇਖਿਆ ਕਿ ਅਲਫਾਬੈਟ ਇੰਨੇ ਨੇ ਕਿੰਨੇ ਨੇ 2 4 6 ਨੰਬਰ ਕੀ ਆ ਰਹੇ ਜਿਆਦਾ ਤਾਂ ਪਾਉਹੀ ਚੀਜ਼ ਦੇਖਣੀ ਹੈ ਸਭ ਤੋਂ ਪਹਿਲਾਂ ਮੈਂ ਫਰਸਟ ਟੂ ਫਰਸਟ ਚੈੱਕ ਕੀਤਾ ਬੀ ਇੱਥੇ ਆ ਗਿਆ ਜੀ 1 ਫਿਰ ਦੇਖਿਆ ਜੀ ਈ ਇੱਥੇ ਆ ਗਿਆ ਜੀ 4 ਫਿਰ ਆ ਗਿਆ ਜੀ ਟੀ ਇੱਥੇ ਆ ਗਿਆ ਜੀ 19 ਫਿਰ ਟੀ ਫਿਰ ਕਿੰਨਾ ਆ ਗਿਆ 19 ਫਿਰ ਕਿੰਨਾ ਆ ਗਿਆ ਈ ਫਿਰ ਆ ਗਿਆ ਜੀ 4 ਆਰ ਆ ਗਿਆ ਤੇ ਕੀ ਆ ਗਿਆ 17 ਤਾਂ ਮੈਨੂੰ ਪਤਾ ਲੱਗ ਗਿਆ ਕੀ ਕਰ ਰਿਹਾ ਹੈ ਫਰਸਟ ਟੂ ਫਰਸਟ ਲਿਖ ਰਿਹਾ ਹੈ ਔਰ ਸਾਰਿਆਂ ਦੇ ਅੰਦਰੋਂ ਕੀ ਕਰ ਰਿਹਾ ਹੈ ਮਾਈਨਸ 1 ਕਰ ਰਿਹਾ ਹੈ ਹਾਂਜੀ फर्स्ट टू फर्स्ट नंबरिंग अंदरों की कर रहा है माइनस कर रहा है माइनस वन की चली सीक्वेंस चली बस कर दो की वर्ड सी एम ई एस आई एस आर तो एम कि तेरह से तो की आएगा बारह ई कि आएगा चार एस कि उन्नी अठारह आई नौ थे की आएगा अठ एस किन्ने उन्नी थे? की आएगा अठारह e ਕਿੰਨੇ ਤੇ 5 ਤੇ ਕੀ ਆਏਗਾ 4 r 18 ਤੇ ਕਿੰਨਾ ਆ ਜਾਏਗਾ 17 ਤਾਂ ਆਪਣਾ ਆਨਸਰ ਆ ਜਾਏਗਾ ਜੀ ਆ 124188 124188 18417 c ਆਨਸਰ রাইਟ ਹੈ ਹਾਂਜੀ ਕਲੀਅਰ ਹੈ ਸਾਰਿਆਂ ਨੂੰ ਬਿਲਕੁਲ ਇੱਕ ਮਾਈਨਸ ਕਰਕੇ ਲਿਖਿਆ ਸਾਰਿਆਂ ਨੂੰ ਬਿਲਕੁਲ ਸਹੀ ਹੈ ਨੀਹਾ ਕਹਿ ਰਹੇ ਨੇ ਠੀਕ ਹੈ ਜੀ ਦੱਸੋ ਕੀ ਹੋਏਗਾ ਕੁਐਸਚਨ ਅਨਸਰ ਕਰੋ ਵੀ ਕੀ ਹੋਏਗਾ ਬੜਾ ਵਧੀਆ ਕੁਐਸਚਨ ਹੈ ਹਾਂਜੀ ਫਟਾਫਟ ਦੱਸੋ ਕੀ ਹੋਏਗਾ ਕਹਿੰਦਾ ਜੀ ਸ਼੍ਰੀਨਗਰ ਹੈ ਸ਼੍ਰੀਨਗਰ ਨੂੰ ਕੀ ਲਿਖ ਰਿਹਾ ਹੈ 16 ਲਿਖ ਰਿਹਾ ਹੈ ਹਾਂਜੀ ਸ਼੍ਰੀਨਗਰ ਨੂੰ ਕੀ ਲਿਖ ਰਿਹਾ ਹੈ 16 ਤਾਂ ਅਨਸਰ ਨੂੰ ਕੀ ਲਿਖੇਗਾ ਤਰुण ਰਾਜਪੂਤ ਕਹਿ ਰਹੇ ਨੇ ਮੇਰਾ ਰਾਈਟ ਸੀ ਓਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਡੰ 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 ਠੀਕ ਹੈ ਸਾਰਿਆਂ ਦਾ ਬਿਲਕੁਲ ਸਹੀ ਹੈ हां जी की होएगा आंसर लो जी सब तो पहला आंसर आया जी गोलू दा सब तो पहला आंसर ਕੀਤਾ ਹੈ गोलू ने ਉਸ ਤੋਂ ਬਾਅਦ ਡੋਂ ਲੁੱਕ ਸੀ ਦੇ ਨਾਲ ਜਾ ਰਹੇ ਨੇ 12 12 6 ਸੀ 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 ਠੀਕ ਹੈ ਜੀ ਸਾਰਿਆਂ ਦਾ ਲਗਭਗ ਸੀ ਆ ਰਿਹਾ ਸੰਗੀਤਾ ਸੁਖੀ ਹੈਨਾ ਅਮਲਾ ਰਾਜਨ ਕੰਬੋਜ ਵੀ ਸੀ ਦੇ ਨਾਲ ਜਾ ਰਹੇ ਨੇ ਰਾਣੀ ਵੀ ਜਾ ਰਹੇ ਨੇ ਸੀ ਦੇ ਨਾਲ ਬਲਜੀਤ ਇंसा ਸੀ ਦੇ ਨਾਲ ਲਗਭਗ ਲਗਭਗ ਸਾਰੇ ਸੀ ਦੇ ਨਾਲ ਜਾ ਰਹੇ ਨੇ ਤਾਂ ਕੀ ਹੋਇਆ ਦੇਖੋ ਸ਼ੀ ਨਗਰ ਸੀ 16 ਸੀਗਾ ਜਾਂ ਤਾਂ ਸਿੰਗਲ ਡਿਜੀਟ ਜਾਂ ਡਬਲ ਡਿਜੀਟ ਲੇਕਿਨ ਆਪਾਂ ਇੱਥੇ ਦੇਖਾਂਗੇ ਸਭ ਤੋਂ ਪਹਿਲਾਂ ਕੀ ਦੇਖਿਆ ਅਲਫਾਬੈਟ ਜਿਆਦਾ ਨੇ ਔਰ ਇਧਰ 16 ਤਾਂ 2 4 6 8 ਅਲਫਾਬੈਟ ਕਿੰਨੇ ਯੂਜ਼ ਹੋਏ ਨੇ 8 ਕਿੰਨੇ ਹੋ ਗਏ 16 ਮਤਲਬ ਦੋ ਨਾਲ ਮਲਟੀਪਲਾਈ ਤਾਂ ਆਪਾਂ ਨੂੰ ਕੀ ਪੁੱਛਿਆ ਆਪਾਂ ਨੂੰ ਪੁੱਛਿਆ ਜੀ ਆਨਸਰ ਹਾਂਜੀ ਕਿੰਨੇ ਅਲਫਾਬੈਟ ਨੇ 1 2 3 4 5 6 6 ਮਲਟੀਪਲਾਈ 2 ਕਿੰਨਾ ਹੋ ਜਾਊਗਾ 12 ਹਾਂਜੀ ਕੀ ਆਨਸਰ ਆਏਗਾ 12 आंसर आएगा क्लियर है सारेनु क्लियर है अगर सारेनु क्लियर है तब फटाफट एक बार थंब प्रेस कर दो कि हां जी सर क्लियर 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 ते ਨਾਲੇ ਦੱਸੋ ਵੀ ਅੱਜ ਤੁਹਾਨੂੰ ਪੜ੍ਹ ਕੇ ਮਜ਼ਾ ਆਇਆ ਕਿ ਨਹੀਂ ਆਇਆ हां जी ਦੱਸਣਾ ਸਾਰਿਆਂ ਨੇ ਕਮੈਂਟ ਕਰਨੇ ਨੇ ਕਿ ਤੁਹਾਨੂੰ ਪੜ੍ਹ ਕੇ ਮਜ਼ਾ ਆਇਆ ਜਾਂ ਨਹੀਂ ਆਇਆ ਉਸ ਤੋਂ ਬਾਅਦ ਤੁਹਾਡੇ ਲਈ ਜੋ ਗੁੱਡ ਨਿਊਜ਼ ਸੀਗੀ ਸਭ ਤੋਂ ਪਹਿਲੀ ਗੁੱਡ ਨਿਊਜ਼ ਕੀ ਸੀਗੀ ਕੀ ਤੋਂਡੇ ਵਾਸਤੇ ਜੋ ਮਹਾਪੈਕ ਹੈ ਪੰਜਾਬ ਦਾ ਉਹਦੀ ਵੈਲੀਡਿਟੀ ਕਰਤੀ ਡਬਲ ਅੱਜ ਵਾਸਤੇ ਅੱਜ ਰਾਤ ਨੂੰ 12 ਵਜੇ ਤੱਕ ਹੈ ਜਿਨ੍ਹਾਂ ਨੇ ਹਲੇ ਤੱਕ انرੋਲ ਨਹੀਂ ਕੀਤਾ ਉਹ ਕੋਡ ਲਾ ਲਓ ਕੀ Y592 ਹਾਂਜੀ ਕੀ ਕੋਡ ਲਾਣਾ ਹੈ Y592 ਠੀਕ ਹੈ ਜੀ ਓਕੇ 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 ਠੀਕ ਹੈ ਜੀ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਦੇਖੋ ਸਾਰਿਆਂ ਵਾਸਤੇ ਹੋਰ ਗੁੱਡ ਨਿਊਜ਼ ਕੀ ਹੈ ਪੀ ਟ੍ਰਿਪਲ ਐਸ ਬੀ ಗ್ರಾಮ ਸੇਵਕ ਵੀਡੀਓ ਫੋਰੈਸਟ ਗਾਰਡ ਪੀ ਟ੍ਰਿਪਲ ਐਸ ਬੀ ਕਲਰਕ ਤੇ ਐਕਜ਼ਾਈਜ ਇੰਸਪੈਕਟਰ ਸਾਰਿਆਂ ਦੇ ਬੈਚ ਅਗਸਤ 30 ਤੋਂ ਸਟਾਰਟ ਹੋ ਰਹੇ ਨੇ ਹਲੇ ਤੱਕ ਜਿਨ੍ਹਾਂ ਨੇ انرੋਲ ਨਹੀਂ ਕੀਤਾ ਉਹ ਕੋਡ ਯੂਜ਼ ਕਰੋ Y592 ਤੇ 77% ਮੈਕਸਿਮਮ ਡਿਸਕਾਊਂਟ ਲਓ ਉਸ ਤੋਂ ਬਾਅਦ ਅਗਰ ਗੱਲ ਕਰਾਂ ਮੈਂ ਪੰਜਾਬ ਦਾ ਮਹਾਪੈਕ ਅੱਜ ਵਾਸਤੇ ਤਾਂ ਹੈ DV 70% ਆਫ ਪੰਜਾਬ ਪੁਲਿਸ ਐਸਆਈ ਹੈਡ ਕੌਂਸਟੇਬਲ ਤੇ ਸਿਲੈਕਸ਼ਨ ਕਿਟ ਇਹਨਾਂ ਸਾਰਿਆਂ ਤੇ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਮੈਕਸਿਮਮ ਡਿਸਕਾਊਂਟ ਤਾਂ ਕੋਡ ਯੂਜ਼ ਕਰੋ ਜੀ Y59 ਤੋਂ ਠੀਕ ਹੈ ਤਾਂ ਮੈਕਸਿਮਮ ਡਿਸਕਾਊਂਟ ਮਿਲੂਗਾ ਤੁਹਾਨੂੰ ਗੋਲੂ ਕਹ ਰਹੇ ਨੇ ਸਰ ਇੱਕ ਘੰਟਾ ਹੋਰ ਪੜਾ ਦਿਓ ਦੇਖੀ ਜੂਗੀ ਹਨਾ ਕਹਿੰਦੇ ਡਾਟਾ ਖਤਮ ਹੋ ਗਿਆ ਕੋਈ ਗੱਲ ਨਹੀਂ ਰਾਜੇ ਡਾਟਾ ਖਤਮ ਹੋ ਗਿਆ ਹੁਣ ਆਪਣੀ ਇਹ ਲਾਸਟ ਕਲਾਸ ਸੀਗੀ ਰਾਤ ਨੂੰ 12 ਵਜੇ ਬਾਅਦ ਡਾਟਾ ਆਪਣਾ ਹੋ ਜਾਊਗਾ ਰੀਚਾਰਜ ਤੇ ਤੁਸੀਂ ਵੀ 5-6 ਘੰਟੇ ਸੋਵੋਗੇ ਤਾਂ ਤੁਸੀਂ ਵੀ ਹੋ ਜਾਓਗੇ ਸਵੇਰੇ ਤੱਕ ਫੇਰ ਦੁਬਾਰਾ ਚਾਰਜ ਹਨਾ ਫੇਰ ਆਪਾਂ ਕੱਲ ਤੋਂ ਫੇਰ ਉਹ ਵਹੀ ਕਰਾਂਗੇ ਓਕੇ ਗੁਰਜੋਤ ਕਹ ਰਹੇ ਨੇ ਸਰ ਇੱਕ ਘੰਟਾ ਹੋਰ ਪਲੀਜ਼ ਕੋਈ ਗੱਲ ਨਹੀਂ ਰਾਜੇ ਗੱਲ ਤੋਂ ਥੋੜੇ ਕੁਐਸਚਨ ਹੁਣ ਕੁਐਸਚਨ ਵੀ ਖਤਮ ਹੋ ਗਏ ਆਪਣੇ ਕੋਲ ਅੱਜ ਵਾਲੇ ਤਾਂ ਹਨਾ ਬਹੁਤ ਮਜ਼ਾ ਆਇਆ ਚਲੋ ਜੀ ਬਹੁਤ ਸ਼ਾਨਦਾਰ ਹੈ ਬਹੁਤ ਵਧੀਆ ਰਿਹਾ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਸਾਥ ਰਿਹਾ ਉਹ ਵੀ ਵਧੀਆ ਰਿਹਾ ਤੁਸੀਂ ਸਾਰਿਆਂ ਨੇ ਜੋ ਕਮੈਂਟ ਕੀਤੇ ਰਿਪਲਾਈ ਦਿੱਤੇ ਉਹ ਵੀ ਸਾਰਿਆਂ ਨੇ ਬਹੁਤ ਵਧੀਆ ਦਿੱਤੇ ਹਾਂਜੀ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਜਿਨ੍ਹਾਂ ਨੇ ਪੰਜਾਬ ਦੇ ਜੋ ਵੀ ਆਪਾਂ ਤਿਆਰੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਸਰਚ ਕਰਨਾ ਹੈ ਕੀ ਚੀਜ਼ ਅਡਾ 24/7 ਉੱਪਰ ਗਏ ਠੀਕ ਹੈ ਜੀ ਤਾਂ ਇੱਥੇ ਦੇਖੋ 올 ਕੋਰਸੇ ਤੇ ਜਾਣਾ ਹੈ ਸਟੇਟ ਐਗਜ਼ਾਮ ਗਏ ਪੰਜਾਬ ਸਿਲੈਕਟ ਕੀਤਾ ਤਾਂ ਪੰਜਾਬ ਦੇ ਜਿੰਨੇ ਵੀ ਪਏ ਨੇ ਮਾਸਟਰ ਕ੍ਰੈਡ ਹੈ ਪੰਜਾਬ ਪੁਲਿਸ ਹੈ ਮਹਾਪੈਕ ਹੈਗਾ ਪੰਜਾਬ ਪੀਐਸ ਪੀਐਸਪੀਸੀਐਲ ਹੈ ਪੀ ਟ੍ਰਿਪਲ ਐਸਬੀ ਹੈ ਜਿਵੇਂ ਮੰਨ ਲਓ ਤੁਸੀਂ ਅਗਰ ਪੰਜਾਬ ਪੁਲਿਸ ਦਾ ਜਾਂ ਪੀ ਟ੍ਰਿਪਲ ਐਸਬੀ ਦੇ ਜੋ ਵੀ ਬੈਚ ਨੇ ਤਾਂ ਤੁਹਾਨੂੰ ਇੱਥੇ ਦਿਖਣਗੇ ਠੀਕ ਹੈ ਜਿਹੜੇ ਨਵੇਂ ਹੁਣ ਆਣਗੇ ਸਾਰੇ ਦੇ ਸਾਰੇ ਬੈਚ ਜਿਵੇਂ ਮੰਨ ਲਓ ਹੁਣ ਪੀ ਟ੍ਰਿਪਲ ਐਸਬੀ ਹੈ ਤੁਸੀਂ ਗ੍ਰਾਮ ਸੇਵਕ ਤੇ ਕਲਿੱਕ ਕੀਤਾ ਇੱਧਰ ਤੁਸੀਂ ਆਏ ਬਾਈ ਨਾਉ ਤੇ ਜਾਓਗੇ ਤਾਂ ਇੱਥੇ ਤੁਸੀਂ ਕੋਡ ਯੂਜ਼ ਕਰਨਾ ਹੈ ਕੋਡ ਜਿਹੜਾ ਤੁਹਾਨੂੰ ਮੈਂ ਦੱਸਿਆ Y592 Y592 ਠੀਕ ਹੈ ਜੀ ਅਪਲਾਈ ਕੀਤਾ 77% ਆਫ ਲਾ ਕੇ ਤੁਹਾਨੂੰ ਮਿਲ ਰਿਹਾ 1517 ਰੁਪਏ ਦਾ ਠੀਕ ਹੈ ਤਾਂ ਇਹ ਤਾਂ ਹੋ ਗਏ ਬੈਚ ਦੀ ਗੱਲ ਸਾਰੇ ਬੈਚ ਇੱਥੇ ਤੁਹਾਨੂੰ ਦਿਖਣਗੇ ਕੀ ਕੁਝ ਮਿਲੂਗਾ ਸਾਰਾ ਕੁਝ ਇੱਧਰ ਡਿਸਕ੍ਰਿਪਸ਼ਨ ਚ ਲਿਖਿਆ ਹੋਇਆ ਪੂਰਾ ਪੂਰਾ ਦਾ ਪੂਰਾ ਚੀਜ਼ ਲਿਖੀ ਹੋਈ ਹੈ ਡਿਸਕ੍ਰਿਪਸ਼ਨ ਚ ਤਾਂ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਹਾਂਜੀ ਉਸ ਤੋਂ ਬਾਅਦ ਅਗਰ ਆਪਾਂ ਫੇਰ ਗੱਲ ਕਰੀਏ ਇਹਦੇ ਅੰਦਰ ਤਾਂ ਤੁਹਾਡੇ ਵਾਸਤੇ ਹੋਰ ਵੀ ਕਾਫੀ ਚੀਜ਼ਾਂ ਨੇ ਕਾਫੀ ਚੀਜ਼ਾਂ ਨੇ ਦੇਖੋ ਪੰਜਾਬ ਪੁਲਿਸ ਟੈਸਟ ਸੀਰੀਜ਼ ਪਈ ਹੈ ਜਿਨ੍ਹਾਂ ਨੇ ਇਹ ਦੇਖਣਾ ਹੈ ਕਿ ਆਪਣਾ ਕਿੰਨੇ ਕਿਸ ਲੈਵਲ ਦੀ ਤਿਆਰੀ ਹੋ ਚੁੱਕੀ ਹੈ ਉਹ ਟੈਸਟ ਸੀਰੀਜ਼ ਵੀ ਲੈ ਸਕਦੇ ਆ ਸਾਰੀ ਦੀ ਸਾਰੀਆਂ ਪਈਆਂ ਪੰਜਾਬ ਪੁਲਿਸ ਐਸਆਈ ਹੈਡ ਕਨਸਟੇਬਲ ਪ੍ਰਾਈਮ ਟੈਸਟ ਪੈਕ ਵੀ ਪਿਆ ਹੈ ਇਹਦੇ ਤੇ ਵੀ ਡਬਲ ਵੈਲਿਡਿਟੀ ਅੱਜ ਤੱਕ ਜਿਨ੍ਹਾਂ ਨੇ ਇਹ ਦੇਖਣਾ ਹੈ ਕਿ ਅਸੀਂ ਟੈਸਟ ਦੇ ਕੇ ਦੇਖੀਏ ਕਿ ਕਿੰਨੇ ਕ ਨੰਬਰ ਸਾਡੇ ਬਣ ਰਹੇ ਆ ਤਾਂ ਉਹ ਪ੍ਰਾਈਮ ਟੈਸਟ ਸੀਰੀਜ਼ ਇਹ ਵਾਲਾ ਜਿਹੜਾ ਪੈਕ ਹੈ ਇਹ ਲੈ ਲਓ 500 ਟੈਸਟਾਂ ਦੇ ਅੰਦਰ ਸਾਰੇ ਤਰੀਕੇ ਦੇ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਬੁੱਕ ਵੀ ਹੈਗੀ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਤਾਂ ਸਾਰੇ ਚੀਜ਼ਾਂ ਤੁਹਾਡੇ ਵਾਸਤੇ ਅਵੇਲੇਬਲ ਹੈ ਪੰਜਾਬ ਅੱਡਾ 247 ਦੇ ਚੈਨਲ ਦੇ ਉੱਪਰ ਐਪ ਦੇ ਉੱਪਰ ਤਾਂ ਜਿਨ੍ਹਾਂ ਨੇ ਹੱਲੇ ਤੱਕ انرੋਲ ਨਹੀਂ ਕੀਤਾ ਉਹ ਕਰ ਲਓ ਜੀ Y592 ਕੋਡ ਯਾਦ ਰੱਖਣਾ ਹੈ Y592 ਠੀਕ ਹੈ ਜੀ ਚਲੋ ਠੀਕ ਹੈ ਰਾਜੇ ਚਲਦੇ ਹਾਂ ਤੁਸੀਂ ਵੀ ਸਾਰੇ ਜਣੇ ਹੁਣ ਕਾਫੀ ਧੇਰ ਹੋ ਚੁੱਕੀ ਹੈ 11 ਵੱਜ ਚੁੱਕੇ ਨੇ ਪ੍ਰੋਪਰ ਵਧੀਆ जिन्होंने दूध चाय पानी हले पैड़, पैड़ नहीं पीता पी लो उसके बाद आराम ਨਾਲ ਰੈਕਸ ਹੋਗੇ ਸੋ ਜੋ ਸਵੇਰੇ ਤੋਂ ਫੇਰ ਉਹੀ ਪੂਰੇ એનર્ਜੀ ਦੇ ਨਾਲ ਫੇਰ ਆਪਾਂ ਸਵੇਰੇ ਸਟਾਰਟ ਹੋ ਜਾਾਂਗੇ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਕੀ ਕਹਿ ਰਹੇ ਨੇ ਅਮਰ ਕੁਮਾਰ ਕੀ ਕਹਿ ਰਹੇ ਨੇ ਪੈਡ ਪੇਡ ਬੈਚ ਦੀ ਸਮਝ ਨਹੀਂ ਲੱਗੀ ਸਰ ਲਾਈਵ ਕਲਾਸੇਜ਼ ਨਹੀਂ ਮਿਲ ਰਹੀਆਂ ਸਮਝ ਨਹੀਂ ਆਈ ਰਾਜੇ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਹਾਂਜੀ ਵਿਰਾਟਦੀਪ ਕਹਿ ਰਹੇ ਨੇ ਸਰ ਕੱਲ ਨੂੰ ਕਲਾਸ ਕਿਸ ਦੀ ਹੈ ਜੀ ਦੱਸੋ ਜੀ ਰਾਜੇ ਕੱਲ ਵੀ ਆਪਾਂ ਕੋਡਿੰਗ ਡੀਕੋਡਿੰਗ ਹੀ ਕਰਾਂਗੇ ਇਹ ਵਾਲਾ ਟੋਪਿਕ ਹੀ ਕਰਾਂਗੇ ਕੱਲ ਸੈਟਰਡੇ ਨੂੰ ਕੱਲ ਵੀ ਇਹੀ ਟੋਪਿਕ ਚੱਲੇਗਾ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਪੀ ਟ੍ਰਿਪਲ ਐਸ ਵੀ ਵੀਡੀਓ ਫੋਰੈਸਟ ਗਾਰਡ ਐਕਸਾਈਜ਼ ਇੰਸਪੈਕਟਰ ਔਰ ਕਲਰਕ ਲਈ ਤਾਂ ਰਾਤ ਨੂੰ 10 ਵਜੇ 10 ਤੋਂ 11 ਔਰ ਜੋ ਪੰਜਾਬ ਪੁਲਿਸ ਐਸਆਈ ਸਬ ਇੰਸਪੈਕਟਰ ਹੈੱਡ ਕਨਸਟੇਬਲ ਦੀ ਤਿਆਰੀ ਕਰ ਰਹੇ ਆ ਉਹਨਾਂ ਵਾਸਤੇ ਹੈ ਜੀ ਦੁਪਹਿਰੇ 1 ਵਜੇ ਤਾਂ ਉਹਨੇ ਤੱਕ ਸਾਰਿਆਂ ਨੂੰ शशिकांत जय हिंद जय भारत ओके परचेज ਕੀਤਾ ਹੈ वेरी गुड वेरी गुड ਜੀ ਜਿਨ੍ਹਾਂ ਨੇ ਪਰਚੇਜ ਕੀਤਾ ਹੈ ਹਨਾ اچھا ਕੁਲਵਿੰਦਰ ਕਹਿ ਰਹੇ ਨੇ ਹਲੇ ਸਟੱਡੀ ਕਰਨੀ ਹੈ ਅਸੀਂ ਸੋਣਾ ਨਹੀਂ ਹੈ ਕੋਈ ਗੱਲ ਨਹੀਂ वेरी गुड राजे ਲੱਗੇ ਰਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂ ਠੀਕ ਹੈ ਮਹਾ ਪੈਕ ਜਿਨ੍ਹਾਂ ਨੇ ਪਰਚੇਜ ਕੀਤਾ ਹੁੰਦੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਇਹ ਦੱਸ ਰਿਹਾ ਸੀਗਾ ਮੈਂ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਕੱਲ ਕਿੰਨੇ ਵਜੇ ਕੱਲ ਵਾਪਸੀ ਰਾਤ ਨੂੰ 10:00 ਵਜੇ ਔਰ ਦੁਪਹਿਰੇ 1 ਵਜੇ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ